स्वागत जी ਤੁਹਾਡਾ ਸਾਰਿਆਂ ਦਾ ਫੇਰ ਮੈਂ ਤੁਹਾਡਾ ਗੁਰਲਾਲ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਜਸ ਪੰਜਾਬੀ ਦੇ ਮੰਚ ਤੋਂ ਦਰਸ਼ਕੋ ਪੂਰੀ ਉਮੀਦ ਹੈ ਤੁਸੀਂ ਆਪਦੇ ਘਰਾਂ 'ਚ ਸੁਰੱਖਿਅਤ ਹੋਵੋਗੇ ਵਧੀਆ ਜ਼ਿੰਦਗੀ ਦੇ ਵਿੱਚ ਨਜ਼ਾਰੇ ਲੈਂਦੇ ਹੋਵੋਗੇ ਦਰਸ਼ਕੋ ਬਹੁਤ ਖਬਰਾਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਸਕਦਾ ਹਾਂ ਬਹੁਤ ਚੀਜ਼ਾਂ ਨੇ ਪਰ ਕਈ ਵਾਰੀ ਕਈ ਗੱਲਾਂ ਇਦਾਂ ਦੀਆਂ ਆ ਜਾਂਦੀਆਂ ਕਿ ਜਿੱਥੇ ਅਸੀਂ ਸਾਨੂੰ ਦੁਬਾਰਾ ਸਮਾਜ ਦੇ ਵਿੱਚ ਉੱਠ ਖੜੇ ਰਹਿਣ ਲਈ ਇੱਕ ਰਿਲੈਂਟਲੈਸ ਜਿਹੜੀਆਂ ਚੀਜ਼ਾਂ ਜਿਹਦੇ ਕਹਿੰਦੇ ਨੇ ਕਿ ਨਿਗਾਹੋਂ ਮੇਂ ਮੰਜ਼ਿਲ ਥੀ ਗਿਰਤੇ ਰਹੇ ਗਿਰ ਕਰ ਸੰਭਲਤੇ ਰਹੇ ਬਹੁਤ ਕੋਸ਼ਿਸ਼ ਕੀ ਹਵਾਓਂ ਨੇ ਲੇਕਿਨ ਚਿਰਾਗਾਂ ਦੀਓਂ ਮੇਂ ਵੀ ਜਲਤੇ ਰਹੇ ਕੋਈ ਵੀ ਪ੍ਰੋਬਲਮ ਕੋਈ ਵੀ ਸਮੱਸਿਆ ਜਿਹੜੀ ਐਡੀ ਵੱਡੀ ਨਹੀਂ ਹੁੰਦੀ ਲੰਬੀ ਜ਼ਰੂਰ ਹੁੰਦੀ ਹੈ ਪਰ ਉਹਦੇ ਅੱਗੇ ਅੜਨਾ ਯਾਨੀ ਕਿ ਰਿਲੈਂਟਲੈਸ ਫਾਈਟ ਅਗੇਂਸਟ ਦੈਟ ਪ੍ਰੋਬਲਮ ਜਿਹੜੀ ਉਹ ਜ਼ਿੰਦਗੀ ਦੇ ਵਿੱਚ ਆਵੇ ਚਾਹੇ ਆਪਾਂ ਕਿਸਾਨ ਅੰਦੋਲਨ ਨੂੰ ਲੈ ਲਈਏ ਜਾਂ ਕੋਈ ਹੋਰ ਜਿਹੜੇ ਸੰਘਰਸ਼ ਚੱਲ ਰਹੇ ਨੇ ਇੰਡੀਆ ਦੇ ਵਿੱਚ ਜਾਂ ਦੁਨੀਆ ਦੇ ਕਿਸੇ ਵੀ ਪਾਰਟ ਦੇ ਵਿੱਚ ਚੱਲ ਰਹੇ ਸੰਘਰਸ਼ ਨੇ ਸ਼ਾਂਤਮਈ ਤਰੀਕੇ ਨਾਲ ਰਹਿ ਕੇ ਉਹਨੂੰ ਫਾਈਟ ਕਿੱਦਾਂ ਜਾਣਾ ਤਾਜ਼ਾ ਐਗਜ਼ਾਮਪਲ ਦਊਂਗਾ ਮੈਂ ਇਹ ਗੱਲਾਂ ਕਿਉਂ ਕਰ ਰਿਹਾ ਕਿ ਇੱਕ ਮਨਮਤੀ ਸ਼ਖਸੀਅਤ ਸਾਡੇ ਨਾਲ ਜੁੜੀ ਹੋਈ ਹੈ ਮੈਂ ਗੱਲ ਕਰਦਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜਿਹੜੀ ਸੈਨੇਟ ਦੀ ਇਲੈਕਸ਼ਨਸ ਸੀ ਉਹਦੇ ਬਾਰੇ ਖਦਸ਼ੇ ਸੀ ਸ਼ਾਇਦ ਆਰਡਰ ਵੀ ਨਿਕਲੇ ਹੋਣ ਜਿਹਦਾ ਮੇਰੇ ਕੋਲ ਪੁਖਤਾ ਪ੍ਰਮਾਣ ਨਹੀਂ ਹੈ ਪਰ ਉਹ ਸੀਗੇ ਕਿ ਜਿਹੜੇ ਸਟੂਡੈਂਟਸ ਦੀ ਸੈਨੇਟ ਹੈ ਉਹ ਨੋਮੀਨੇਟ ਹੋਣਗੇ ਚਾਂਸਲਰ ਯਾਨੀ ਕਿ ਉਪ ਰਾਸ਼ਟਰਪਤੀ ਚਾਂਸਲਰ ਹੁੰਦੇ ਹਰ ਯੂਨੀਵਰਸਿਟੀ ਦੇ ਅਤੇ ਉਹ ਚਾਂਸਲਰ ਵੱਲੋਂ ਨੋਮੀਨੇਟ ਹੋਣਗੇ ਆਪਦੇ ਪਸੰਦੀਦਾ ਬੰਦੇ ਜਿਹੜੇ ਉਹਨਾਂ ਦੇ ਆਪਦੇ ਬੰਦੇ ਹਰੇਕ ਯੂਨੀਵਰਸਿਟੀ 'ਚ ਲਗਾਏ ਜਾਣਗੇ ਸੰਘਰਸ਼ ਸਟੂਡੈਂਟਸ ਨੇ ਲੜਿਆ ਕਾਫੀ ਲੰਮਾ ਚੱਲਿਆ ਕਈ ਦਿਨਾਂ ਤੱਕ ਚੱਲਿਆ ਦਿਨ ਰਾਤ ਸੰਘਰਸ਼ ਚੱਲਿਆ ਸ਼ਾਂਤਮਈ ਤਰੀਕੇ ਨਾਲ ਜਮਹੂਰੀਅਤ ਦੇ ਵਿੱਚ ਰਹਿ ਕੇ ਅਤੇ ਫਿਰ ਸਿੱਟਾ ਕੀ ਸਰਕਾਰ ਨੂੰ ਉਹ ਮੰਗ ਮੰਨਣੀ ਪਈ ਐਜ਼ ਯੂਜੂਅਲ 26 ਸਪਟੈਂਬਰ ਨੂੰ ਸੈਨੇਟ ਦੇ ਜਿਹੜੀ ਸਟੂਡੈਂਟ ਦੀ ਸੈਨੇਟ ਹੈ ਉਹਦੇ ਇਲੈਕਸ਼ਨ ਹੋਣਗੇ ਤਾਂ ਸਟੂਡੈਂਟਾਂ ਵਿੱਚੋਂ ਹੀ ਸੈਨੇਟਰ ਜਿਹੜਾ ਉਹ ਚੁਣਿਆ ਜਾਊਗਾ ਜਿਹਨੂੰ ਕਿ ਲੋਕ ਜਾ ਕੇ ਪ੍ਰੋਬਲਮ ਸੀ ਹੈ ਲੋਕ ਨਹੀਂ ਮਤਲਬ ਸਟੂਡੈਂਟ ਜਾ ਕੇ ਪ੍ਰੋਬਲਮ ਦੱਸ ਸਕਦੇ ਆ ਗੱਲ ਮੈਂ ਕਰ ਰਿਹਾ ਸੀ ਇਕੱਲੀ ਪੰਜਾਬ ਯੂਨੀਵਰਸਿਟੀ ਦੀ ਨਹੀਂ ਚਾਹੇ ਆਪਾਂ ਕਿਸਾਨ ਅੰਦੋਲਨ ਲੈ ਲਈਏ ਕਿ ਰਿਲੈਂਟਲੈਸ ਹੋਣਾ ਤੁਸੀਂ ਜਮਹੂਰੀਅਤ ਵਾਸਤੇ ਜਮਹੂਰੀਅਤ ਦੇ ਵਿੱਚ ਰਹਿ ਕੇ ਜਮਹੂਰੀਅਤ ਨਾਲ ਕਿੱਦਾਂ ਜਿਹੜੀ ਉੱਥੋਂ ਦੀ ਹਕੂਮਤ ਆ ਜਾਂ ਉਹ ਜਿਹੜੀ ਪ੍ਰੋਬਲਮ ਹੈ ਉਹਨਾਂ ਤੁਸੀਂ ਕਿੱਦਾਂ ਲੜਨਾ ਮੈਂ ਗੱਲ ਕਰਦਾ ਦਰਸ਼ਕੋ ਕਿ ਇੱਕ ਜਿਹੜੀ ਮਾਣਮਤੀ ਸ਼ਖਸੀਅਤ ਸਾਡੇ ਨਾਲ ਜੁੜੀ ਹੋਈ ਹੈ ਉਹ ਪਹਿਲੇ ਦਿਨ ਤੋਂ ਹਰ ਸੰਘਰਸ਼ ਨਾਲ ਜੁੜੀ ਹੈ ਬੜੇ ਹੀ ਮਰਿਆਦਾ ਦੇ ਵਿੱਚ ਆਪਦੇ ਨਾਲ ਵੱਡੇ ਕਲਾਕਾਰਾਂ ਨੂੰ ਵੀ ਲੈ ਕੇ ਜਾਂਦੇ ਹੈ ਹਾਲਾਂਕਿ ਉਹਨਾਂ ਦਾ ਕੱਦ ਉਹਨਾਂ ਤੋਂ ਵੀ ਵੱਡਾ ਹੈ ਪਰ ਫਿਰ ਵੀ ਉਹਨਾਂ ਉਹ ਬੰਦੇ ਜਿਹੜੇ ਆ ਉਹ ਚਾਹੇ ਸਿੰਘੂ ਮੋਰਚਾ ਹੋਵੇ ਕੁੰਡਲੀ ਹੋਵੇ ਟਿੱਕਰੀ ਹੋਵੇ ਹਰ ਜਗ੍ਹਾ ਪਹੁੰਚਦੇ ਆ ਉਸ ਤੋਂ ਬਾਅਦ ਜਿਹੜਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜਾ ਸੰਘਰਸ਼ ਚੱਲ ਰਿਹਾ ਸੀ ਉਹਨਾਂ ਦੇ ਵਿੱਚ ਜਾ ਕੇ ਵੀ ਬੈਠਦੇ ਆ ਸਖਸ਼ਵਰ ਮੈਂ ਇਹ ਕਹੂੰਗਾ ਕਿ ਬੰਦਾ ਪੰਜਾਬ ਅਤੇ ਪੰਜਾਬੀ ਦਾ ਦਰਦ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ ਆਪਦਾ ਕਾਰੋਬਾਰ ਹੋਣ ਤੋਂ ਬਾਅਦ ਇੱਕ ਪ੍ਰੋਡਿਊਸਰ ਇੱਕ ਡਾਇਰੈਕਟਰ ਇੱਕ ਐਕਟਰ ਹੋਣ ਤੋਂ ਬਾਅਦ ਵੀ ਫਿਲਮਾਂ ਦਾ ਉਹ ਇੱਕ ਧਰਾਤਲ ਨਾਲ ਜੁੜਿਆ ਹੋਇਆ ਅਤੇ ਅਸੀਂ ਉਹਨੂੰ ਲੈ ਕੇ ਆਏ ਤਾਂ ਕਿਉਂਕਿ ਆਪਾਂ ਉਸ ਬੰਦੇ ਤੋਂ ਸੁਣ ਸਕੀਏ ਕਿ ਸੰਘਰਸ਼ ਜਮਹੂਰੀਅਤ ਦੇ ਵਿੱਚ ਲੈ ਕੇ ਕਿੱਦਾਂ ਲੜੇ ਜਾਂਦੇ ਨੇ ਅਤੇ ਕਿੱਦਾਂ ਫਤਿਹ ਹਾਸਲ ਕੀਤੀ ਜਾਂਦੀ ਜਿੱਦਾਂ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਕੀਤੀ ਹੋਣੀ ਬੰਦੇ ਬਾਰੇ ਮੈਂ ਇਹ ਕਹੂੰਗਾ ਕਿ ਹਿੰਦੀ ਫਿਲਮਾਂ 'ਚ ਵੀ ਕੰਮ ਕੀਤਾ ਪ੍ਰੋਡਿਊਸ ਡਾਇਰੈਕਟ ਵੀ ਕੀਤਾ ਜ਼ਿਆਦਾਤਰ ਪੰਜਾਬੀ ਫਿਲਮਾਂ ਕੀਤੀਆਂ ਜੇ ਖਾਸ ਗੱਲ ਕਰੀਏ ਤਾਂ ਹਾਣੀ ਕਾਫਲਾ ਹੋਰ ਜਿਹਦੇ ਵਿੱਚ ਹਰ ਚੀਜ਼ ਜਿਹੜਾ ਕਾਫਲਾ ਸੀ ਉਹਦੇ ਵਿੱਚ ਇਲੀਗਲ ਇਮੀਗ੍ਰੇਸ਼ਨ ਦਾ ਦਰਦ ਸੀਗਾ ਉਦੋਂ ਬਾਅਦ ਹਾਣੀ ਜਿਹੜਾ ਕਿ ਫੈਮਿਲੀ ਦੇ ਵਿੱਚ ਫਰਜ਼ ਨਿਭਾਉਣ ਦੀਆਂ ਗੱਲਾਂ ਹੁੰਦੀਆਂ ਨੇ ਦਰਸ਼ਕੋ ਇਹ ਬੰਦਾ 20 ਤੋਂ ਜ਼ਿਆਦਾ ਜਿਹੜੇ ਅਵਾਰਡ ਜਿੱਤ ਚੁੱਕਾ ਹੈ 20 ਤੋਂ ਜ਼ਿਆਦਾ ਮਿਊਜ਼ਿਕ ਐਲਬਮ ਡਾਇਰੈਕਟ ਕਰ ਚੁੱਕਾ ਹੈ ਪੰਜ ਵਾਰੀ ਲਾਈਫ ਟਾਈਮ ਅਚੀਵਮੈਂਟ ਅਵਾਰਡ ਜਿੱਤ ਚੁੱਕਾ ਅਤੇ ਉਸ ਤੋਂ ਬਾਅਦ ਨਾਓ ਪੰਜਾਬੀ ਯੂਨੀਵਰਸਿਟੀ ਜੋ ਇਹਨਾਂ ਨੇ ਢਾਂਡਸ ਜਿਹੜਾ ਹੌਸਲਾ ਦਿੱਤਾ ਜਾ ਕੇ ਸਟੂਡੈਂਟਸ ਨੂੰ ਉਹ ਵਾਕਈ ਕਾਬਿਲੇ ਤਾਰੀਫ ਹੈ ਉਸ ਤੋਂ ਬਾਅਦ ਜਾ ਕੇ ਲਗਾਤਾਰ ਰਿਲੈਂਟਲੈਸ ਕੋਸ਼ਿਸ਼ ਕਰਨੀ ਕਿ ਅੱਜ ਅਸੀਂ ਕਿਸਾਨੀ ਅੰਦੋਲਨ ਦੇ ਵਿੱਚ ਕਿੱਦਾਂ ਹਿੱਸਾ ਪਾ ਸਕਦੇ ਹਾਂ ਟੁੱਟਦੇ ਹੌਸਲੇ ਕਿੱਦਾਂ ਦੁਬਾਰਾ ਬਣ ਸਕੀਏ ਆਪਾਂ ਮੇਰੇ ਕਹਿਣ ਤੋਂ ਭਾਵ ਹਿੰਦੀ ਪੰਜਾਬੀ ਫਿਲਮਾਂ ਦੇ ਫਿਲਮਾਂ ਦੇ ਪ੍ਰੋਡਿਊਸਰ ਡਾਇਰੈਕਟਰ ਅਤੇ ਨਾਲ ਐਕਟਰ ਅਮਿਤ ਔਜਮਾਨ ਜੀ ਸਾਡੇ ਨਾਲ ਜੁੜੇ ਹੋਏ ਨੇ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਫਿਰ ਆਪਾਂ ਅੱਗੇ ਵੱਧਦੇ ਹਾਂ ਅਮਿਤ ਔਜਭਾਈ ਜੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ 'ਤੇ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਵੈਰੀ ਮੱਚ ਤੁਹਾਡੇ ਰਹੇ ਦਰਸ਼ਕਾਂ ਨਾਲ ਸਾਂਝ ਪਾਉਣ ਲਈ ਅਮਿਤੋ ਜੀ ਤੁਸੀਂ
बड़े ठरमे नाल हर चीज़ देख रहे हो। मैं तुहाडे कई इंटरव्यूज़ भी देखिया जो तुसी ट्रालियां च बैठे होंगे हो। एक वारी भैन गुलपनाग जी भी तुहाडे नाल बैठी सी ते बाकी होर चरणजीत बाबा जी हुण बब्बू मान जी हुण सारे तुहाडे नाल बैठे होंगे आ। तुसी लै के जाते हो जदों लगता ने कि गल खिलरदी जांदी आ हौसले टुटते जाते तुसी फिर लै के जाते हो। तुसी सिखा रहे हो कि जमहूरीयत दे विच रह के ही संघर्ष किदां लड़े जाते हैं। मेरा क्वेश्चन तुहाडे तों है कि हुण जिहड़ा तुसी हुणी हुणी एक संघर्ष और उत्ते फतेह हासिल कीती पंजाब यूनिवर्सिटी दा स्टूडेंट्स ने तुहानू सद्या सी या तुसी आप मुहारे गए सी जिद्दां तुहाडी आदत है ते तुसी उत्थे तकरीर बहुत सोहणी कीती। मैं तुहाडे इंटरव्यू देख रहा सीगा कि हौली हौली जे आ लीडर्स नहीं मनदे ते चुणिया कहणे आ असीं चेंज कर सकदे हां। ਉਹਦਾ ਮੈਨੂੰ ਦੱਸੋ ਕਿ ਉਹ ਕਿੱਦਾਂ ਰਿਹਾ ਤੁਹਾਡਾ ਤੇ ਤੁਸੀਂ ਫਤਿਹ ਹਾਸਲ ਕੀਤੀ ਵਧਾਈ ਦੇ ਪਾਤਰ ਹੋ। ਦੇਖੋ ਸਾਡੇ ਜਿੰਨੇ ਇੰਸਟੀਟਿਊਸ਼ਨਸ ਨੇ ਨਾ ਜੀ ਇਹਨਾਂ ਨੂੰ ਸਾਨੂੰ ਬਚਾਉਣਾ ਪਊਗਾ ਜੀ। ਔਰ ਕਿਸੇ ਵੀ ਦੇਸ਼ ਦੀ ਪਹਿਚਾਣ ਜਾਂ ਦੇਸ਼ ਉਹ ਕਿੰਨਾ ਕੁ ਚੰਗਾ ਹੈ ਜਾਂ ਮਾੜਾ ਹੈ ਇਹ ਉਹਦੇ ਦੇਸ਼ ਦੇ ਇੰਸਟੀਟਿਊਸ਼ਨਸ ਤੋਂ ਪਤਾ ਲੱਗਦਾ ਹੈ। ਅੱਜ ਤੁਹਾਡੇ ਦੇਸ਼ ਦੀ ਜਦੋਂ ਗੱਲ ਹੁੰਦੀ ਹੈ ਨਾ ਤੁਹਾਡੇ ਚਾਹੇ ਉਹ ਟਰੰਪ ਸੀਗਾ ਟਰੰਪ ਬਾਰੇ ਤੁਸੀਂ ਬੜਾ ਕੁਛ ਆਉਂਦੀ ਸੀ ਬਟ ਉਹਦੇ ਬਾਰੇ ਬੋਲਿਆ ਜਾ ਸਕਦਾ ਸੀ ਆ ਕੇ ਲੋਕ ਨਿੰਦਾ ਵੀ ਕਰਦੇ ਸੀ ਚਾਹੇ ਉਹ ਸਾਡੀਆਂ ਫਿਲਮ ਪਰਸਨੈਲਿਟੀਜ਼ ਹੋਣ ਸਾਡੀਆਂ ਤੋਂ ਮੇਰੀ ਮੁਰਾਦ ਆ ਹਾਲੀਵੁੱਡ ਤੋਂ ਚਾਹੇ ਤੁਹਾਡੇ ਬਾਕੀ ਇੰਸਟੀਟਿਊਸ਼ਨਸ ਹੋਣ ਉਹ ਵੀ ਕਹਿ ਦਿੰਦੇ ਸੀ ਆ ਕਿ ਅੱਜ ਵੀ ਗਵਾਹੀਆਂ ਹੋ ਰਹੀਆਂ ਨੇ ਕਿ ਸਾਡੇ ਕੰਨ 'ਚ ਇਹਨੇ ਸਾਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕੀਤੀ। ਇਹ ਡੈਮੋਕ੍ਰੇਸੀ ਦੀ ਤਾਕਤ ਹੁੰਦੀ ਹੈ ਔਰ ਇਸੇ ਡੈਮੋਕ੍ਰੇਸੀ ਕਰਕੇ ਹੀ ਤੁਹਾਡੇ ਦੇਸ਼ ਦੀ ਇੱਜ਼ਤ ਵੱਧਦੀ ਹੈ ਕਿ ਇਹਦੇ ਜਿਹੜੇ ਇੰਸਟੀਟਿਊਸ਼ਨਸ ਨੇ ਉਹ ਇੰਡੀਪੈਂਡੈਂਟ ਨੇ ਉਹਨਾਂ ਨੂੰ ਕਾਬੂ ਨਹੀਂ ਕੀਤਾ ਹੋਇਆ ਉਹਨਾਂ ਦੇ ਕੋਈ ਇੱਕ ਰੰਗ ਨਹੀਂ ਚਾੜਿਆ ਹੋਇਆ। ਆ ਜਿਹੜਾ ਪੰਜਾਬ ਯੂਨੀਵਰਸਿਟੀ 'ਚ ਸਾਡਾ ਜਾ ਕੇ ਖੜਨਾ ਜਾਂ ਕਿਸਾਨ ਅੰਦੋਲਨ ਦੇ ਵਿੱਚ ਸਾਰਿਆਂ ਦਾ ਖੜਨਾ ਇਹ ਵੀ ਉਹਦੀ ਨਿਸ਼ਾਨੀ ਹੈ ਕਿ ਭਾਈ ਸਾਹਿਬ ਸਾਡੇ ਇੰਸਟੀਟਿਊਸ਼ਨਸ ਜਿਹੜੇ ਫ੍ਰੀ ਸੀ ਇੰਡੀਪੈਂਡੈਂਟ ਸੀ ਇਹਨਾਂ ਨੂੰ ਇੰਡੀਪੈਂਡੈਂਟ ਰਹਿਣ ਦਿਓ ਜੇ ਨਹੀਂ ਰਹਿਣ ਦਿਓਗੇ ਤਾਂ ਅਸੀਂ ਸਾਰੇ ਖੜੇ ਹੋਵਾਂਗੇ। ਮੇਰੀ ਅੱਜ ਵੀ ਇੱਥੇ ਬਹਿ ਕੇ ਇੱਕੋ ਕੋਸ਼ਿਸ਼ ਹੈ ਚਾਹੇ ਉਹ ਪੰਜਾਬ ਦੇ ਲੋਕ ਹੁਣ ਪਹਿਲੀ ਡਿਊਟੀ ਪੰਜਾਬ ਲਈ ਹੈ ਜੀ ਕਿਉਂਕਿ ਪੰਜਾਬੀ ਹਾਂ ਤਾਂ ਪੰਜਾਬ 'ਚ ਬੈਠੇ ਪਹਿਲਾਂ ਪੰਜਾਬ ਦੀ ਗੱਲ ਕਰਾਂਗੇ ਕਿ ਅਸੀਂ ਜਾਗਰਤ ਹੋਈਏ। ਜਿਹੜਾ ਡੈਮੋਕ੍ਰੈਟਿਕ ਵਰਲਡ ਹੈ ਨਾ ਸਰ ਤੁਹਾਡੇ ਦੇਸ਼ ਨੇ ਅਗਵਾਈ ਕਰ ਰਿਹਾ ਦੁਨੀਆਂ ਦੀ ਉਹਦੇ ਵਿੱਚ ਇੱਕ ਸਭ ਤੋਂ ਵਧੀਆ ਤਰੀਕਾ ਹੁੰਦਾ ਕਿਸੇ ਵੀ ਮਸਲੇ ਨੂੰ ਹੱਲ ਕਰਨ ਦਾ ਕਿ ਲੋਕਾਂ ਨੂੰ ਜਾਗਰਤ ਕਰ ਦਿਓ ਲੋਕਾਂ ਨੂੰ ਜਗਾ ਦਿਓ ਕਿ ਇਹ ਕੋਈ ਉੱਪਰੋਂ ਨਹੀਂ ਡਿੱਗੇਗੇ ਜਿਹੜੇ ਸਾਨੂੰ ਕਹਿ ਲਓ ਗਵਰਨ ਕਰ ਰਹੇ ਨੇ ਇਹ ਅਸੀਂ ਚੁਣ ਕੇ ਬਾਏ ਨੇ ਇਹ ਅਸੀਂ ਡਿਊਟੀ ਦਿੱਤੀ ਹੈ ਜਿਵੇਂ ਤੁਸੀਂ ਡਿਊਟੀ ਨਿਭਾ ਰਹੇ ਹੋ ਅੱਜ ਮੇਰੇ ਨਾਲ ਇੰਟਰਵਿਊ ਕਰ ਰਹੇ ਹੋ ਜਾਂ ਆਪਦਾ ਪ੍ਰੋਗਰਾਮ ਕਰ ਰਹੇ ਹੋ ਜੀ ਹਰ ਬੰਦੇ ਦੀ ਡਿਊਟੀ ਹੁੰਦੀ ਹੈ ਤੇ ਜਿਹੜਾ ਚੀਫ ਐਗਜ਼ੀਕਿਊਟਿਵ ਹੈ ਸਾਡੇ ਸਟੇਟ ਦਾ ਮੁੱਖ ਮੰਤਰੀ ਹੈ ਜਾਂ ਪ੍ਰਧਾਨ ਮੰਤਰੀ ਹੈ ਉਹਦੀ ਵੀ ਡਿਊਟੀ ਹੈ ਤੇ ਜੇ ਉਹ ਆਪਦੀ ਡਿਊਟੀ 'ਚ ਕੁਤਾਹੀ ਕਰਦੇ ਨੇ ਤਾਂ ਇਹ ਵੀ ਉਸੇ ਤਰ੍ਹਾਂ ਪਨਿਸ਼ ਕੀਤੇ ਜਾ ਸਕਦੇ ਨੇ ਜਾਂ ਇਹਨਾਂ ਤੋਂ ਪੁੱਛਿਆ ਜਾ ਸਕਦਾ ਹੈ ਜਿਵੇਂ ਕਿ ਬਾਕੀ ਆਫੀਸਰਸ ਔਰ ਬਾਕੀ ਡਿਊਟੀ ਕਰਨ ਵਾਲੇ ਲੋਕ। ਅਸੀਂ ਇਕੱਠੇ ਹੋਣਾ ਅਸੀਂ ਜਾਗਣਾ ਜਦੋਂ ਕਿਤੇ ਵੀ ਕੁਛ ਗੜਬੜ ਹੋਵੇ ਉਹਨੂੰ ਪਹਿਲਾਂ ਖੁਦ ਰਿਲਾਈਜ਼ ਕਰੀਏ ਔਰ ਫਿਰ ਇਹਨਾਂ ਤੱਕ ਪਹੁੰਚਾਈਏ। ਨਹੀਂ ਮੰਨਣਗੇ ਜ਼ਿਆਦਾ ਇਕੱਠ ਕਰਾਂਗੇ ਬਹੁਤ ਵੱਡਾ ਇਕੱਠ ਕਰਾਂਗੇ ਫਿਰ ਤੁਹਾਡੇ ਵਰਗੇ ਭਰਾ ਜੁੜਨਗੇ ਜਿਹੜੇ ਇੱਥੋਂ ਦੇ ਹਜੇ ਵੀ ਆਪਣੇ ਆਪ ਨੂੰ ਜੋੜ ਕੇ ਬੈਠੇ ਨੇ ਸਾਰੀ ਦੁਨੀਆਂ ਨੂੰ ਜਗਾਵਾਂਗੇ ਇਹਨਾਂ ਨੂੰ ਮੰਨਣਾ ਪਊਗਾ ਡੈਮੋਕ੍ਰੈਟਿਕ ਵਰਲਡ ਦੇ ਵਿੱਚ ਮੰਨਣਾ ਪੈਂਦਾ ਹੈ। ਨਹੀਂ ਮੰਨਣਗੇ ਦੈਨ ਦੇ ਫੇਸ ਦੀ ਮਿਊਜ਼ਿਕ ਇਲੈਕਸ਼ਨ ਵੀ ਆਉਣਗੇ। ਅੱਜ ਪਿੰਡਾਂ 'ਚ ਕੀ ਹਾਲ ਹੋ ਰਿਹਾ ਕਿਉਂ ਨਹੀਂ ਜਾ ਪਾ ਰਹੀਗੀ ਕਿਉਂ ਨਹੀਂ ਜਾ ਪਾ ਰਹੀ ਪਹਿਲਾਂ ਹੂਟਰ ਵੱਜਦਾ ਸੀ ਲੋਕ ਕੰਧਾਂ ਨਾਲ ਲੱਗ ਜਾਂਦੇ ਸੀ ਹਾਂਜੀ ਹੁਣ ਹੂਟਰ ਲਾ ਕੇ ਜੇਬਾਂ 'ਚ ਪਾਈ ਫਿਰਦੇ ਨੇ ਕਿ ਕਿਤੇ ਨੂੰ ਪਤਾ ਨਾ ਲੱਗ ਜੇ MLA ਆ ਗਿਆ ਜਾਂ ਮਿਨਿਸਟਰ ਆ ਗਿਆ ਕਿਉਂ ਹੋਇਆ ਇਹ ਲੋਕ ਜਾਗ ਗਏ ਨੇ ਲੋਕ ਜਾਗ ਗਏ ਨੇ ਔਰ ਉਹ ਜਾਗੇ ਹੋਏ ਲੋਕ ਉਹਨਾਂ ਤੋਂ ਸਵਾਲ ਪੁੱਛ ਰਹੇ ਨੇ ਕਿ ਗੱਲ ਇੱਧਰ ਉੱਧਰ ਦੀ ਨਾ ਕਰ ਰਹੇ ਦੱਸ ਇਹ ਕਾਫਲਾ ਲੁਟਾ ਕੇ ਕਾਫਲਾ ਲੁਟਾ ਕਿਉਂ। ਅਮਤੋਜ ਜੀ ਇੱਕ ਨਾ ਮੈਂ ਤੁਹਾਡੇ ਨਾਲ ਗੱਲ ਬੜੀ ਸੋਹਣੀ ਸ਼ੇਅਰ ਕਰਨੀ ਚਾਹੁੰਦਾ ਜਿਹੜੇ ਡਾਇਰੈਕਟ ਆਨਸਰ ਦਿਓ ਕਿ ਖਦਸ਼ੇ ਨੇ ਬਾਹਰ ਬੈਠੇ ਲੋਕਾਂ ਦੇ ਮੈਂ ਨਹੀਂ ਕਹਿੰਦਾ ਇਕੱਲੀ ਅਮਰੀਕਾ ਦੇ ਸ਼ਾਇਦ ਕੈਨੇਡਾ ਤੋਂ ਵੀ ਮੈਨੂੰ ਮੈਸੇਜ ਆਏ ਸੀ ਓਵਰ ਦਾ ਪੀਰੀਅਡ ਆਫ ਟਾਈਮ ਲਾਸਟ ਮੰਥ ਤੋਂ ਕਿ ਜਿਹੜੇ ਆਪਣੇ ਧਰਨੇ ਲਾਏ ਹੋਏ ਨੇ ਸਿੰਘੂ ਬਾਰਡਰ ਕੁੰਡਲੀ ਟਿੱਕਰੀ ਜੋ ਵੀ ਸੁਪਰੀਮ ਕੋਰਟ ਦੇ ਆਰਡਰ ਆਏ ਕਿ ਖਾਲੀ ਕਰੋ ਸੜਕੀਏ ਵੋ ਮਾਣਯੋਗ ਨੇ ਸਾਰੀਆਂ ਕੋਰਟਾਂ ਸਾਡੇ ਲਈ ਪਰ ਆਪਾਂ ਗੱਲ ਕਰ ਰਹੇ ਹਾਂ ਕਿ ਆਪਾਂ ਆਪਣੀ ਹੋਣ ਦੀ ਲੜਾਈ ਲੜ ਰਹੇ ਸੀ ਔਰ ਤੁਸੀਂ ਸਾਰਿਆਂ ਨੂੰ ਲੈ ਕੇ ਜਾਂਦੇ ਰਹੇ ਹੋ ਲੇਟੈਸਟ ਕੀ ਹੈ ਕਿ ਲੇਟੈਸਟ ਇਹ ਉੱਪਰ ਕੀ ਆ ਰਿਹਾ ਕਿ ਟਰਾਲੀਆਂ ਖਾਲੀ ਹੋ ਰਹੀਆਂ ਨੇ ਉੱਥੋਂ ਲੋਕ ਹੌਲੀ ਹੌਲੀ ਪਿੱਛੇ ਪਿੰਡਾਂ ਨੂੰ ਪਰਤ ਰਹੇ ਨੇ
ਇਹਦਾ ਮਤਲਬ ਇਹ ਕੀ ਹੈ ਕਿ ਉਹਨਾਂ ਨੇ ਉਸ ਚੀਜ਼ ਨੂੰ ਐਕਸੈਪਟ ਕਰ ਲਿਆ ਕਿ ਜੋ ਹੈ ਠੀਕ ਹੈ ਉਹਨੂੰ ਐਕਸੈਪਟ ਕਰਕੇ ਮੂਵ ਔਨ ਕਰਾਂਗੇ, ਜਾਂ ਫਿਰ ਕੋਈ ਨਵਾਂ ਜੋਸ਼ ਆਉਣ ਦੀ ਵੇਟ ਕਰ ਰਿਹਾ ਕਿ ਦੁਬਾਰਾ ਉੱਥੇ ਜਾ ਕੇ ਹਾਜ਼ਰੀ ਭਰੀ ਜਾਵੇ। ਮਤਲਬ ਇਹ ਨਿਊਜ਼ ਥੋੜ੍ਹੀ ਜਿਹੀ ਪੁਰਾਣੀ ਹੈ, ਇਹ ਅੱਜ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਇਸ ਗੱਲ ਨੂੰ ਬਹੁਤ ਹਵਾ ਵੀ ਦਿੱਤੀ ਗਈ ਸੀ ਔਰ ਕੁਛ ਹੋਇਆ ਵੀ ਸੀਗਾ, ਇਹ ਦੋਨੇ ਗੱਲਾਂ ਹੀ ਸੀਗੀਆਂ। ਔਰ ਅਸੀਂ ਜਦੋਂ ਤੋਂ ਜਾਣਾ ਦੁਬਾਰਾ ਫਿਰ ਗਾਉਣ ਲੱਗੇ, ਬਹੁਤ ਸਾਰੇ ਲੋਕਾਂ ਦੇ ਬਹੁਤ ਸਾਰੇ ਐਤਰਾਜ਼ ਵੀ ਸੀ, ਮਸਲੇ ਵੀ ਸੀਗੇ, ਤੁਹਾਡੇ ਵੀ ਹੋਣੇ ਆ, ਤੁਸੀਂ ਵੀ ਬੜੀਆਂ ਗੱਲਾਂ ਸੋਚੀਆਂ, ਹੁੰਦੇ ਵੀ ਹੈ, ਚੱਲਦੇ ਅੰਦੋਲਨਾਂ 'ਚ ਮਸਲੇ ਹੋ ਜਾਂਦੇ ਨੇ, ਇਹਨੂੰ ਥੋੜ੍ਹਾ ਜਿਹਾ ਇਹ ਨਾ ਦੇਖੋ ਗੁਰਲਾਲ ਜੀ, ਹੁੰਦਾ ਕੀ ਹੈ ਕਿ ਜਦੋਂ ਚੀਜ਼ਾਂ ਚੱਲਦੀਆਂ ਨੇ ਨਾ ਉਹ ਤੁਹਾਨੂੰ ਮਚਿਓਰ ਕਰਦੀਆਂ ਨੇ, ਅੰਦੋਲਨ ਵੀ ਚੱਲਦੇ, ਅੰਦੋਲਨ ਚੱਲਦੇ ਹੋਏ ਤੁਹਾਨੂੰ ਮਚਿਓਰ ਕਰਦੇ ਨੇ। ਇੱਕ ਤਾਂ ਅਸੀਂ ਇਹ ਉਮੀਦ ਨਾ ਕਰੀਏ ਕਿ ਕਿਸਾਨ ਯੂਨੀਅਨ ਵਾਲੇ ਜਿਹੜੇ ਲੀਡਰ ਨੇ ਇਹ ਕੋਈ ਉੱਪਰੋਂ ਉਤਰ ਕੇ ਆਏ ਨੇ, ਇਹਨਾਂ 'ਚ ਕੋਈ ਗਲਤੀ ਨਹੀਂ ਹੋ ਸਕਦੀ, ਬਹੁਤ ਗਲਤੀਆਂ ਨੇ, ਬਹੁਤ ਗਲਤੀਆਂ ਹੋਈਆਂ ਵੀ ਨੇ ਔਰ ਗਲਤੀਆਂ ਹੁੰਦੀਆਂ ਨੇ, ਪਰ ਜਿਹੜਾ ਉਹਨਾਂ ਗਲਤੀਆਂ ਨੂੰ ਰਿਪੀਟ ਕਰੇ ਉਹਦੀ ਨੀਅਤ 'ਤੇ ਸ਼ੱਕ ਹੁੰਦਾ, ਸੋ ਉਹ ਵੀ ਆਈਡੈਂਟੀਫਾਈ ਕਰਨਾ ਪੈਂਦਾ, ਪਰ ਗਲਤੀਆਂ ਨੂੰ ਫੜ ਕੇ ਵੀ ਨਹੀਂ ਬੈਠੀਦਾ ਗਾ। ਜਿਹੜਾ ਅਸੀਂ ਜਾ ਕੇ ਦੁਬਾਰ ਤੋਂ ਫਿਰ ਦੁਬਾਰ ਤੋਂ ਮੇਰੀ ਮੁਰਾਦ ਇਹ ਨਹੀਂ ਸੀ ਕਿ ਅਸੀਂ ਹਟ ਗਏ ਸੀ, ਅਸੀਂ ਜਾਂਦੇ ਸੀਗੇ, ਜਾਉਣਾ 15 ਮਹੀਨੇ ਬਾਅਦ, ਫਿਰ ਡੇਢ ਮਹੀਨੇ ਬਾਅਦ, ਬਾਅਦ 'ਚ ਇਹਨੂੰ ਰੈਗੂਲਰ ਕਰਤਾ, ਫਿਰ ਰੈਗੂਲਰ ਦੇ ਨਾਲ ਨਾਲ ਇਹਨੂੰ ਇਹ ਦੱਸਣਾ ਸ਼ੁਰੂ ਕਰਤਾ ਕਿ ਨਹੀਂ ਇਹ ਜਿਹੜਾ ਵਹਿਮ ਹੋ ਰਿਹਾ ਗਵਰਨਮੈਂਟ ਨੂੰ, ਕਿਤੇ ਇਹ ਲੱਗਣ ਲੱਗ ਗਿਆ ਕਿਤੇ ਫਿਜ਼ਲ ਆਊਟ ਹੋ ਰਿਹਾ, ਕੋਈ ਫਿਜ਼ਲ ਆਊਟ ਨਹੀਂ ਹੋ ਰਿਹਾ, ਅੱਜ ਤੁਸੀਂ ਜਾਓ ਉੱਥੇ ਰੌਣਕਾਂ ਲੱਗੀਆਂ ਹੋਈਆਂ ਨੇ, ਜਾ ਕੇ ਦੇਖਿਓ ਜੇ ਕੀ ਸੀਗਾ, ਝੋਨੇ ਦਾ ਵੈਦਰ ਸੀਗਾ, ਇੱਥੇ ਅਸੀਂ ਫਸਲ ਲਾਉਣਾ, ਝੋਨਾ ਕਿਸੇ ਨੇ ਬੀਜਣਾ, ਪਾਣੀ ਦੀ ਕਮੀ ਹੋ ਰਹੀ ਸੀ, ਮੀਂਹ ਪੈ ਨਹੀਂ ਰਹੇ ਸੀ, ਡੇਢ ਕੁ ਮਹੀਨੇ ਤੋਂ ਇਹ ਕੰਮ ਸੈੱਟ ਹੁੰਦਾ ਜਾ ਰਿਹਾ, ਅੱਜ ਉੱਥੇ ਜਾ ਕੇ ਵੇਖੋ ਤੇ ਹਾਲ ਕੀ ਹੈ, ਪੂਰਾ ਉਵੇਂ ਹੀ ਜਲਵਾ ਹੈ, ਉਵੇਂ ਲੋਕ ਨੇ। ਔਰ ਫਿਰ ਕੀ ਹੈ ਨਾ, ਜਿਹੜਾ ਅਸੀਂ ਹਮੇਸ਼ਾ 26 ਜਨਵਰੀ ਤੋਂ ਪਹਿਲਾਂ ਦੀ ਗੱਲ ਕਰਦੇ ਹਾਂ, ਜਾਂ ਤੁਸੀਂ ਕਹਿ ਲਓ ਟਿਲ ਮਾਰਚ ਤੱਕ ਗੱਲ ਕਰਦੇ ਹਾਂ, ਮਾਰਚ ਤੱਕ ਸੀ, ਉਦੋਂ ਇੱਕ ਤਾਂ ਵੈਦਰ ਗਰਮ ਨਹੀਂ ਸੀਗਾ, ਗਰਮੀ ਦੇ ਦਿਨਾਂ 'ਚ ਕੀ ਹੋ ਜਾਂਦਾ, ਤੁਸੀਂ ਦੁਪਹਿਰੇ ਬਾਹਰ ਨਹੀਂ ਨਿਕਲ ਸਕਦੇ, ਲੋਕ ਟਰਾਲੀਆਂ 'ਚ ਬਹਿ ਜਾਂਦੇ ਨੇ, ਬਾਹਰ ਨਹੀਂ ਨਿਕਲਦੇ, ਤੁਸੀਂ ਸਟੇਜ ਦੇ ਅੱਗੇ ਨਹੀਂ ਆ ਸਕਦੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫਿਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ। ਦਰਸ਼ਕੋ, ਬਹੁਤ ਮਾਣਮਤੀ ਸ਼ਖਸੀਅਤ ਸਾਡੇ ਨਾਲ ਜੁੜੀ ਅਮਿਤੋਜ ਮਾਨ ਜੀ, ਮਾਨ ਸਾਹਿਬ ਆਪਣੇ ਨਾਲ, ਅਮਿਤੋਜ ਮਾਨ ਜੀ ਆਪਣੇ ਨਾਲ ਗੁਰਤੇਜ ਅਟਵਾਲ ਜੀ ਜੁੜ ਗਏ ਹੈ, ਜਿਹੜੇ ਕਿ ਸਿਟੀ ਆਫ ਟਰੇਸੀ ਦੇ ਪਲਾਨਿੰਗ ਕਮਿਸ਼ਨਰ ਨੇ। ਜੀ ਅਟਵਾਲ ਸਾਹਿਬ, ਤੁਸੀਂ ਓਨਰ ਹੋ, ਮਾਨ ਸਾਹਿਬ ਆਪਣੇ ਨਾਲ ਜੁੜੇ ਹੋਏ, ਕੀ ਕਹਿਣਾ ਪੁੱਛਣਾ ਚਾਹੋਗੇ? ਯੂਨੀਵਰਸਿਟੀ ਦੀ ਗੱਲ ਕਰੀਏ ਜਾਂ ਫਾਰਮਿੰਗ ਦੀ ਡਾਇਵਰਸਿਫਿਕੇਸ਼ਨ ਦੀ ਗੱਲ ਕਰੀਏ, ਤੇ ਜਾਂ ਹੁਣ ਜਿਹੜਾ ਗਲੋਬਲੀ ਸਾਰਿਆਂ ਨਾਲੋਂ ਜ਼ਿਆਦਾ ਦੇਖਿਆ ਜਾਣ ਵਾਲਾ ਫਾਰਮਰਸ ਪ੍ਰੋਟੈਸਟ ਆ, ਜਿੱਥੇ ਹਰ ਇੱਕ ਆਰਟਿਸਟ ਦੀ, ਹਰ ਇੱਕ ਪਾਲਿਸੀ ਮੇਕਰ ਦੀ, ਜਿਹੜੇ ਆਪਣੇ ਆਪ ਨੂੰ ਲੋਕਾਂ ਦਾ ਨੇਤਾ ਜਾਂ ਰਹਿਨੁਮਾ ਕਹਿੰਦੇ, ਉਹਨਾਂ ਦੀ ਜ਼ਰੂਰਤ ਆ ਤੇ ਉਹ ਹਾਂ ਦਾ ਨਾਰਾ ਮਾਰ। ਤੇ ਤੁਸੀਂ ਇਹਦੇ ਵਿੱਚ ਬਹੁਤ ਜ਼ਿਆਦਾ ਐਫਰਟ ਕੀਤੇ ਆ ਕਿ ਆਪਣੇ ਸਾਥੀ ਕਲਾਕਾਰਾਂ ਨੂੰ ਵੀ ਤੁਸੀਂ ਮੋਟੀਵੇਟ ਕੀਤਾ ਕਿ ਉਹ ਆ ਕੇ ਹਾਂ ਦਾ ਨਾਰਾ ਮਾਰਨ, ਤੇ ਇਸ ਵੇਲੇ ਉਹਨਾਂ ਦੀ ਜ਼ਰੂਰਤ ਆ। ਤੇ ਜੇ ਤੁਹਾਨੂੰ ਮੌਕਾ ਮਿਲੇ ਕਿਤੇ ਵੀ ਗਲੋਬਲੀ ਕੋਈ ਵੀ ਕਿਤੇ ਵੀ ਕਲਾਕਾਰ ਜਾਂ ਉਹ ਪਾਲਿਸੀ ਮੇਕਰ ਬੈਠਾ ਆ, ਤੁਸੀਂ ਉਹਨੂੰ ਪੁੱਛੋਗੇ ਕਿ ਉਹਦਾ ਇੱਕ ਵਾਰੀ ਜ਼ਮੀਰ ਉਹਨੂੰ ਚਚੋੜੇ ਕਿ ਉਹ ਇਸ ਬਾਰੇ ਸੋਚਣ ਕਿ ਇਸ ਵੇਲੇ ਉਹੀ ਫਾਰਮਰਸ ਨੇ ਜਿਹਨਾਂ ਤੋਂ ਉਹ ਕਲਾਕਾਰ ਆਪਣਾ ਰੋਜ਼ੀ ਰੋਟੀ ਲੈਂਦੇ ਨੇ, ਜਿਹਨਾਂ ਨੇ ਉਹਨਾਂ ਨੂੰ ਇੰਨਾ ਉੱਚਾ ਅਹੁਦਾ ਦਿੱਤਾ ਮਾਣ ਇੱਜ਼ਤ ਦਾ, ਤੇ ਉਹੀ ਪਾਲਿਸੀ ਮੇਕਰ, ਚਾਹੇ ਪੰਜਾਬ ਦੀਆਂ ਹੁਣ ਇਲੈਕਸ਼ਨਾਂ ਦੀ ਗੱਲ ਕਰੀਏ, ਚਾਹੇ ਕੈਨੇਡਾ ਦੀਆਂ ਇਲੈਕਸ਼ਨਾਂ ਦੀ ਗੱਲ ਕਰੀਏ, ਉਹੀ ਪਾਲਿਸੀ ਮੇਕਰਸ ਨੇ ਜਿਹੜੇ ਵੋਟਾਂ ਪੰਜਾਬੀਆਂ ਤੋਂ ਮੰਗਦੇ ਨੇ, ਉਹੀ ਖੇਤੀਬਾੜੀ ਵਾਲਿਆਂ ਤੋਂ, ਅੱਜ ਉਹਨਾਂ ਨੂੰ ਜ਼ਰੂਰਤ ਆ, ਉਹਨਾਂ ਵਾਸਤੇ ਉਹ ਖੜੇ ਨਹੀਂ ਹੋ ਰਹੇ। ਧੰਨਵਾਦ, ਧੰਨਵਾਦ ਅਟਵਾਲ ਸਾਹਿਬ, ਬਹੁਤ ਬਹੁਤ ਧੰਨਵਾਦ, ਬਹੁਤ ਸੋਹਣਾ ਜੀ, ਕੀ ਕਹਿਣਾ ਚਾਹੋਗੇ? ਸੱਚ ਕੀ ਹੈ ਨਾ ਗੁਰਲਾਲ ਜੀ, ਜਿਵੇਂ ਅਟਵਾਲ ਸਾਹਿਬ ਨੇ ਕਿਹਾ, ਬਹੁਤ ਸਹੀ ਗੱਲ ਕਹੀ, ਕਿ ਸਾਰਿਆਂ ਨੂੰ ਉੱਠਣਾ ਵੀ ਚਾਹੀਦਾ, ਸਾਰਿਆਂ ਨੂੰ ਗੱਲ ਵੀ ਕਰਨੀ ਚਾਹੀਦੀ ਹੈ। ਅਸਲ 'ਚ ਸਾਨੂੰ ਨਾ ਗੁਰਲਾਲ ਜੀ, ਮੈਂ ਇੱਕ ਯੂਨੀਵਰਸਿਟੀ 'ਚ ਉਸ ਦਿਨ ਗੱਲ ਕਰ ਰਿਹਾ ਸੀ, ਮੇਰੇ ਨਾਲ ਕਿਸੇ ਨੇ ਗੱਲ ਕੀਤੀ, ਅਤੇ ਤੁਸੀਂ ਇੱਥੇ ਕਿਵੇਂ ਜੀ, ਇਹ ਤਾਂ ਤੁਹਾਡੇ ਨਾਲ ਸਿੱਧਾ ਜੁੜਿਆ ਨੇ ਤੁਸੀਂ, ਮੈਂ ਪੰਜਾਬੀ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੈ ਜੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ, ਇਹ ਪੰਜਾਬ ਯੂਨੀਵਰਸਿਟੀ ਹੈ। ਮੈਂ ਕਿਹਾ ਗੱਲ ਸੁਣੋ, ਮੈਂ ਤੁਹਾਨੂੰ ਇੱਕ ਗੱਲ ਦੱਸ ਕਿ ਇੱਕ ਜ਼ਮਾਨੇ 'ਚ ਪਿੰਡ ਕਿਉਂ ਬਣੇ ਸੀ, ਪਿੰਡ ਇਸ ਲਈ ਬਣੇ ਸੀ ਕਿ ਡਾਕੂ ਆਉਂਦੇ ਹੁੰਦੇ ਸੀ, ਲੁਟੇਰੇ ਆਉਂਦੇ ਹੁੰਦੇ, ਲੋਕਾਂ ਨੂੰ ਇਕੱਲੇ ਇਕੱਲਿਆਂ ਨੂੰ ਟਾਰਗੇਟ ਕਰਦੇ ਹੁੰਦੇ ਸੀ, ਤਾਂ ਲੋਕ ਜੁੜ ਕੇ ਪਿੰਡ ਬਣਾ ਲਏ ਉਹਨਾਂ ਨੇ। ਅੱਜ ਨਵੇਂ ਕਿਸਮ ਦੇ ਡਾਕੂ ਆਏ ਨੇ, ਉਹ ਕਦੇ ਕਦੇ ਅਸੀਂ ਵੀ ਚੁਣੇ ਹੁੰਦੇ ਨੇ,
ਜਾਂ ਆਪਣੇ ਆਪ ਵੀ ਆ ਜਾਂਦੇ ਨੇ ਇਹਨਾਂ ਤੋਂ ਬਚਣ ਲਈ ਵੀ ਸਾਨੂੰ ਪਿੰਡ ਬਣਾਉਣੇ ਪੈਣਗੇ, ਇਕੱਠੇ ਹੋਣਾ ਪਊਗਾ। ਜੇ ਡਾਕਾ ਫਾਰਮਰ ਤੇ ਕਿਸਾਨ ਤੇ ਹੋਵੇ ਤਾਂ ਵੀ ਅਸੀਂ ਆਈਏ, ਜੇ ਸਟੂਡੈਂਟ ਤੇ ਹੋਵੇ ਤਾਂ ਵੀ ਅਸੀਂ ਆਈਏ। ਜਿਸ ਘਰ ਤੇ ਵੀ ਡਾਕਾ ਵੱਜੇ ਜਾਂ ਜਿਸ ਮਹਿਕਮੇ ਤੇ ਕਿੱਤੇ ਤੇ ਵਰਗ ਤੇ ਡਾਕਾ ਵੱਜੇ, ਅਸੀਂ ਸਾਰੇ ਇਕੱਠੇ ਹੋਈਏ। ਜੇ ਅਸੀਂ ਸਾਰੇ ਇਕੱਠੇ ਹੋ ਕੇ ਰਿਐਕਟ ਕਰਨ ਲੱਗ ਗਏ, ਕਿਤੇ ਕੁਛ ਗੜਬੜ ਨਹੀਂ ਹੋਊਗੀ। ਪ੍ਰੋਬਲਮ ਸਾਡੀ ਕੀ ਹੈ ਕਿ ਅਸੀਂ ਇੱਕ ਅਜਿਹੇ ਇੱਕ ਖਿੱਤਾ ਸੀ ਨਾ ਜਿਹੜਾ ਗੁਰਲਾਲ ਜੀ, ਜਿੱਥੇ ਮੈਂ ਬੈਠਾ ਜਾਂ ਤੁਸੀਂ ਕਹਿ ਲਓ ਸਾਰਿਆਂ ਦਾ ਇਹੀ ਹੈ, ਬੇਸ ਤਾਂ ਇਹੀ ਹੈ। ਇੱਥੇ ਇੱਕ ਰੀਤ ਸੀ, ਗੁਰੂ ਸਾਹਿਬ ਸਾਨੂੰ ਇੱਕ ਚੀਜ਼ ਦੇ ਕੇ ਗਏ ਸੀ ਕਿ ਕਿਸੇ ਦੂਜੇ ਦੇ ਘਰ ਅੱਗ ਲੱਗਦੀ ਸੀ ਤਾਂ ਅਸੀਂ ਬੁਝਾਉਣ ਜਾਂਦੇ ਸੀ, ਤਾਂ ਹੀ ਉਹ ਸਾਡੇ ਘਰ ਤੱਕ ਨਹੀਂ ਆਉਂਦੀ ਸੀ। ਹੁਣ ਅਸੀਂ ਆਪਦੇ ਆਪ ਨੂੰ ਸੇਫ ਕਰਨ ਲੱਗ ਗਏ। ਪ੍ਰੋਬਲਮ ਇਹ ਹੋ ਗਈ ਕਿ ਅਸੀਂ ਆਪਦੇ ਆਪ ਨੂੰ ਸੇਫ ਕਰਦਿਆਂ ਕਰਦਿਆਂ ਇੱਕ ਬਹੁਤ ਹੀ ਵੱਡੇ ਲੈਵਲ ਦੀ ਇਨਸਿਕਿਉਰ ਸੁਸਾਇਟੀ ਡਿਵੈਲਪ ਕਰ ਬੈਠੇ ਆ, ਇਨਸਿਕਿਉਰ ਜਿਹਦੇ ਕਰਕੇ ਸਾਡੇ ਨਾਲ ਮਸਲੇ ਹੋ ਰਹੇ। ਮੈਨੂੰ ਕੀ ਜੀ 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 ਮੈਨੂੰ ਇਹ ਜਿਹੜੀ ਇਨਸਿਕਿਉਰ ਸੁਸਾਇਟੀ ਹੈ ਨਾ, ਇਹ ਸਾਡੀਆਂ ਹਰਕਤਾਂ ਕਰਕੇ ਇਹਨੂੰ ਸਹੀ ਕਰਨਾ ਪਊਗਾ ਜੀ 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 ਰਿਐਕਟ ਕਰਨਾ ਪਊਗਾ, ਰਿਐਕਟ ਕਰਨਾ ਪਊਗਾ। ਅਮਿਤੋਜ ਭਾਜੀ, ਇੱਕ ਨਾ ਆਪਾਂ ਲਾਸਟ ਕੁਐਸਚਨ ਕਰਦੇ ਹਾਂ ਕਿਸਾਨ ਅੰਦੋਲਨ 'ਤੇ, ਤੁਸੀਂ ਆਪਦਾ ਖੁੱਲ੍ਹ ਕੇ ਇਲੈਬਰੇਸ਼ਨ ਦਿਓ ਇਹਦੇ ਉੱਤੇ ਕਿ ਤੁਸੀਂ ਕਹਿ ਰਹੇ ਹੋ ਦੁਬਾਰਾ ਜੁੜ ਰਹੇ, ਬਹੁਤ ਚੰਗੀ ਗੱਲ ਆ। ਇਹਦੇ ਵਿੱਚੋਂ ਨਾ ਦੋ ਤਿੰਨ ਚੀਜ਼ਾਂ ਉੱਭਰ ਕੇ ਬਹੁਤ ਸੋਹਣੀਆਂ, ਜਿਹੜੀਆਂ ਬਿਊਟੀਫੁਲੀ ਪੋਰਟਰੇ ਕਰਦੀਆਂ ਕਿ ਆਪਣਾ ਸੋਹਣਾ ਪੰਜਾਬ ਹੀ ਨਹੀਂ, ਸੋਹਣਾ ਹਿੰਦੁਸਤਾਨ ਉੱਭਰ ਕੇ ਸ਼ਾਇਦ ਬਾਹਰ ਆਵੇ। ਇੱਕ ਤਾਂ ਆਪਸੀ ਭਾਈਚਾਰਾ ਨੰਬਰ ਵਨ, ਨੰਬਰ ਟੂ ਪੰਜਾਬੀਆਂ ਨੇ ਸ਼ਾਇਦ ਇਹ ਸਿਖਾ ਦਿੱਤਾ ਕਿ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਅਤੇ ਲੰਮੇ ਸੰਘਰਸ਼ ਕਿੱਦਾਂ ਲੜੇ ਜਾਂਦੇ ਨੇ। ਮੇਰੇ ਖਿਆਲ ਤੁਸੀਂ ਮੁਜ਼ੱਫਰਨਗਰ ਵਾਲੀ ਮਹਾਂਪੰਚਾਇਤ 'ਚ ਵੀ ਗਏ ਹੋਵੋਗੇ, ਤਾਂ ਤੁਸੀਂ ਦੇਖਿਆ ਹੋਣਾ ਕਿ ਲੋਕਾਂ ਦੇ ਜਿਹੜੇ ਡਾਇਲੋਗ ਸੀਗੇ, ਈਵਨ ਮੈਂ ਦੇਖਿਆ ਕਿ ਜਿਨ੍ਹਾਂ ਨੂੰ ਸਿੱਖਿਜ਼ਮ ਦਾ ਪਤਾ ਨਹੀਂ, ਉਹ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਸੁਣੇ। ਹੁਣ ਆਪਾਂ ਇਹਦੇ ਵਿੱਚ ਕੋਈ ਧਰਮ ਨਹੀਂ ਵਿੱਚ ਵਾੜ ਰਹੇ। ਮੇਰੇ ਕਹਿਣ ਦਾ ਮਤਲਬ ਅਮਿਤੋ ਜੀ ਇਹ ਹੈ ਕਿ ਪੰਜਾਬੀਆਂ ਨੇ ਇੱਕ ਬੁਲੰਦ ਆਵਾਜ਼ ਖੜੀ ਕਰਤੀ, ਔਰ ਉਹ ਲੋਕਾਂ ਦੇ ਜਿਹੜੇ ਜ਼ਹਿਨ ਦੇ ਵਿੱਚ ਡਰ ਸੀ ਨਾ ਕਿ ਯਾਰ ਪੰਜਾਬੀ ਖਾਲਿਸਤਾਨੀ ਹੁੰਦੇ ਆ, ਪੰਜਾਬੀ ਇਹ ਹੁੰਦੇ ਆ, ਉਹ ਡਰ ਚੱਕਿਆ ਗਿਆ। ਲੋਕਾਂ ਨੂੰ ਪਤਾ ਲੱਗਿਆ ਕਿ ਇਹ ਬੰਦੇ ਹੱਕਾਂ ਲਈ ਖੜੇ ਆ, ਔਰ ਉਹ ਹੱਕ ਸਾਡੇ ਵੀ ਆ, ਜੇ ਮਿਲ ਗਏ ਤਾਂ ਅਸੀਂ ਵੀ ਫਾਇਦੇ 'ਚ ਰਹਾਂਗੇ। ਅਤੇ ਆਹ ਆਵਾਜ਼ ਬੁਲੰਦ ਤੁਸੀਂ ਦੇਖਿਆ ਹੋਣਾ, ਮੁਜ਼ੱਫਰਨਗਰ ਜਿਹੜੀ ਮਹਾਂ ਪੰਚਾਇਤ ਹੋਈ ਆ ਉੱਥੇ ਆਹ ਰੰਗ ਦੇਖਣ ਨੂੰ ਮਿਲੇ, ਕੀ ਕਹਿਣਾ ਚਾਹੋਗੇ? 10 ਲੱਖ ਬੰਦਾ ਸੀ ਜੀ ਉੱਥੇ, ਔਰ ਕਹਿਣ ਨੂੰ ਕਹਿ ਲੈਂਦੇ, ਗਿਣਤੀ ਤਾਂ ਕੀਤੀ ਨਹੀਂ ਹੁੰਦੀ ਗੀ, ਬਟ ਆਲਮੋਸਟ ਸ਼ਹਿਰ ਭਰ, ਪੰਡਾਲ ਤਾਂ ਤੁਹਾਨੂੰ ਬਹੁਤ ਘੱਟ ਲੋਕ ਨਜ਼ਰ ਆ ਰਹੇ ਸੀ ਜਿੰਨਾ ਸ਼ਹਿਰ ਭਰਿਆ ਹੋਇਆ ਸੀ, ਔਰ ਜਿਹੜੀਆਂ ਸੜਕਾਂ ਭਰੀਆਂ ਹੋਈਆਂ ਸੀ ਜਿਹੜੀਆਂ ਤੋਂ ਅਸੀਂ ਗਏ ਹਾਂ, ਅੱਜ ਤਾਂ ਇੱਕ ਸੜਕ ਹੀ ਦੇਖੀ, ਬਾਕੀ ਵੀਆਂ ਦੇ ਸੇਮ ਹਾਲ ਸੀਗਾ। ਉੱਥੇ ਮੈਨੂੰ ਲੱਗਦਾ ਜੇ ਆਪਾਂ ਗਿਣ ਬੈਠੀਏ ਤਾਂ 30-40-50 ਹਜ਼ਾਰ ਆਪਣੇ ਪੱਗਾਂ ਵਾਲੇ ਜਾਂ ਸਾਡੇ ਵਰਗੇ ਮਿਲਾ ਕੇ ਹੋਣਗੇ ਆਪਣੇ ਪੰਜਾਬ ਵਾਲੇ, ਪਰ ਨਾਰੇ ਬੋਲੇ ਸੋਹਣੇ ਸਤਿ ਸ਼੍ਰੀ ਅਕਾਲ ਦੇ ਲੱਗ ਰਹੇ ਸੀ ਜੀ। ਠੀਕ ਹੈ ਜੀ, ਪਹਿਲੀ ਗੱਲ। ਦੂਜੀ ਗੱਲ, ਉੱਥੇ ਉਹ ਕਹਿ ਰਹੇ ਸੀ ਓਪਨਲੀ ਕਿ ਸਾਨੂੰ ਤੁਸੀਂ ਪੰਜਾਬ ਵਾਲਿਆਂ ਨੇ ਲੜਨਾ ਸਿਖਾਤਾ, ਲੜਨਾ ਸਿਖਾਤਾ। ਲੰਗਰ ਕੀ ਹੁੰਦਾ, ਲੰਗਰ ਦੀ ਪ੍ਰਥਾ ਕੀ ਹੈ, ਲੰਗਰ ਦੀ ਪ੍ਰਥਾ ਕੀ ਹੈ, ਲੰਗਰ ਕੀਤਾ ਬਣਾ, ਲੰਗਰ ਦੀ ਇੱਕ, ਦੇਖੋ ਲੰਗਰ ਇੱਕ ਦਿਨ ਕਰ ਲੈਣਾ, ਚਲਾ ਲੈਣਾ ਕਾਫੀ ਨਹੀਂ ਹੁੰਦਾ ਗਾ, ਜਦੋਂ ਅੰਦੋਲਨ ਲੜੇ ਜਾਂਦੇ ਨੇ ਤਾਂ ਬੜਾ ਲੰਬਾ ਚਲਾਉਣਾ ਪੈਂਦਾ। ਉਹ ਚੀਜ਼ਾਂ ਅਸੀਂ ਉਹਨਾਂ ਨੂੰ ਸਿਖਾ ਰਹੇ ਹਾਂ, ਜਿਹੜੀ ਬਾਬੇ ਨਾਨਕ ਦੀ ਦਿੱਤੀ ਹੋਈ ਫਿਲੋਸਫੀ ਹੈ ਨਾ, ਅਸੀਂ ਅੱਜ ਉਹਨੂੰ ਹੋਰ ਵੰਡਤਾ ਸੀ, ਪਹਿਲਾਂ ਤੋਂ ਹੀ ਰਹੇ ਸੀ। ਹੁਣ ਇਸ ਅੰਦੋਲਨ ਨੇ ਅਸੀਂ ਸ਼ਾਇਦ ਜ਼ਿਆਦਾ ਵੱਡੀ ਗਿਣਤੀ ਚ ਕਹਿ ਲਓ ਜਾਂ ਜ਼ਿਆਦਾ ਵਿਸਥਾਰ ਨਾਲ ਵੰਡ ਰਹੇ ਹਾਂ। ਸਾਡੇ ਅਸੀਂ ਇੱਕ ਦੂਜੇ ਨੂੰ ਸਪੇਸ ਦੇਣੀ ਸਿੱਖ ਗਏ ਹਾਂ, ਉਹ ਬੰਦਿਆਂ ਨਾਲ ਅਸੀਂ ਕਿਤੇ ਵੀ ਨੇੜੇ ਨਹੀਂ ਹੋਏ ਸੀ, ਔਰ ਉਹ ਮਤਭੇਦ ਸਾਡੇ ਹੈਗੇ ਵੀ ਨੇ, ਕੁਛ ਹੱਕਾਂ ਨੂੰ ਲੈ ਕੇ ਨੇ, ਕੁਛ ਗੱਲਾਂ ਨੂੰ ਲੈ ਕੇ ਨੇ, ਬਟ ਯਾਰ ਇਹਦਾ ਮਤਲਬ ਇਹ ਥੋੜੀ ਕਿ ਆਪਾਂ ਡਾਂਗ ਹੀ ਖਿੱਚੀ ਰੱਖਣੀ ਹਰ ਵਕਤ, ਜਦੋਂ ਉਹ ਗੱਲਾਂ ਆਉਣਗੀਆਂ ਉਹ ਵੀ ਨਜਿੱਠ ਲਾਂਗੇ, ਵੇਖ ਲਾਂਗੇ ਨਾਲ ਹੁੰਦੇ ਆ ਜਾਂ ਉਲਟ ਹੁੰਦੇ, ਬਟ ਕਮ ਸੇ ਕਮ ਅੱਜ ਸਾਡਾ ਇੱਕ ਸਾਂਝਾ ਮੁਹਿੰਮ ਹੈ, ਉਹ ਵੀ ਸਫ਼ਰ ਕਰ ਰਹੇ ਨੇ, ਅਸੀਂ ਵੀ ਸਫ਼ਰ ਕਰ ਰਹੇ ਹਾਂ, ਔਰ ਅਸੀਂ ਅੱਜ ਲੀਡ ਕਰ ਰਹੇ ਹਾਂ। ਜਿਵੇਂ ਕਿਹਾ ਜਾਂਦਾ ਨਾ ਕਿ ਕੌਮਾਂ ਸਿੰਬੋਲਿਕਲੀ ਦੱਸਦੀਆਂ ਨੇ ਕਿ ਅਸੀਂ ਜਿਉਂਦੀਆਂ, ਅੱਜ ਅਸੀਂ ਜਿਉਂਦੇ ਹੋਣ ਦਾ ਪ੍ਰਮਾਣ ਦਿੱਤਾ ਹੈ ਦੇਸ਼ ਨੂੰ ਵੀ। ਸਾਨੂੰ 2% ਕਿਹਾ ਜਾਂਦਾ ਨਾ, ਅੱਜ ਉਹ 2% ਲੀਡ ਕਰ ਰਹੇ, ਜਿਹੜਾ ਪੰਜਾਬ ਪਹਿਲਾਂ ਲੀਡ ਕਰਦਾ ਹੁੰਦਾ ਸੀ ਬੜੀਆਂ ਚੀਜ਼ਾਂ 'ਚ, ਇਸ ਸੰਘਰਸ਼ ਦੇ ਵਿੱਚ ਇਸ ਰਜ਼ੀਮ ਦੇ ਖਿਲਾਫ ਉਹਨੇ ਉਹ ਲੀਡ ਕਰਕੇ ਦੱਸਿਆ ਦੁਨੀਆ ਨੂੰ ਕਿ ਅਸੀਂ ਹੈਗੇ ਹਾਂ, ਅਸੀਂ ਜਿਉਂਦੇ ਹਾਂ, ਔਰ ਜਿਉਂਦੀਆਂ ਕੌਮਾਂ ਜਿਉਂਦੇ ਲੋਕ ਰਿਐਕਟ ਕਰਦੇ ਨੇ, ਔਰ ਅਸੀਂ ਰਿਐਕਟ ਕੀਤਾ, ਔਰ ਉਸ ਰਿਐਕਸ਼ਨ ਨੂੰ ਹਰਿਆਣੇ ਨੇ ਫੜਿਆ, ਯੂਪੀ ਨੇ ਫੜਿਆ, ਦੇਸ਼ ਨੇ ਫੜਿਆ, ਔਰ ਤੁਸੀਂ ਵੇਖਿਓ ਜੇ ਮੰਨਿਆ ਜਾਓ, ਔਰ ਇਹਦੇ ਨਾਲ ਜੋ ਸਭ ਤੋਂ ਵੱਡੀ ਪ੍ਰਾਪਤੀ ਹੋਣੀ ਹੈ, ਜੇ ਮੈਂ ਤੁਹਾਨੂੰ ਕਵਾਂ ਸਿੱਧੀ ਪ੍ਰਾਪਤੀ, ਦੇਖੋ ਸਾਡੇ MSP ਆਲਰੇਡੀ ਹੈਗਾ ਸੀ, ਸੋ MSP ਨਾਲ ਸਾਨੂੰ ਕੋਈ ਜ਼ਿਆਦਾ ਫਾਇਦਾ ਨਹੀਂ ਹੋਣ ਵਾਲਾ, ਉਹ ਤਾਂ ਹੈਗਾ ਹੀ, ਐਗਜ਼ਿਸਟ ਕਰ ਰਿਹਾ।
ਅਸੀਂ ਜਿਹੜੀ ਚੀਜ਼ ਸਾਡੇ ਤੇ ਥੋਪੀ ਜਾ ਰਹੀ ਹੈ ਉਹਨੂੰ ਕਹਿ ਰਹੇ ਹਾਂ ਨਾ ਰੱਖੋ, ਇਹ ਅਸੀਂ ਦੇ ਲੈਣੀ ਨਹੀਂ, ਇਹ ਆਪਦੇ ਕੋਲੇ ਰੱਖੋ, ਤਾਂ ਸਾਨੂੰ ਮਿਲਣਾ ਕੁਛ ਨਹੀਂ ਗਾ। ਪਰ ਉਹਦੇ ਚੋਂ ਇੱਕ ਅਜਿਹੀ ਚੀਜ਼ ਮਿਲ ਰਹੀ ਹੈ ਜਿਹਨੂੰ ਅਸੀਂ ਸੈਂਕੜੇ ਸਾਲਾਂ ਚ ਵੀ ਜਨਰੇਟ ਨਹੀਂ ਕਰ ਸਕਦੇ ਸੀ। ਉਹ ਚੀਜ਼ ਹੈਗੀ ਹੈ ਇੱਕ ਜਾਗਰਤੀ, ਇੱਕ ਕੌਮ ਦਾ ਮਾਣ ਮਾਣ ਮੱਤੇ ਹੋਣਾ ਬਾਕੀ ਦੇਸ਼ ਦਾ ਦੁਨੀਆਂ ਦੇ ਵਿੱਚ। ਔਰ ਜਿਹੜੀ ਉਹ ਜਾਗਰਤੀ ਹੈ, ਉਸ ਜਾਗਰਤੀ ਦੇ ਕਰਕੇ ਹੀ ਆ ਪੰਜਾਬ ਯੂਨੀਵਰਸਿਟੀ ਵਰਗੀਆਂ ਜਿੱਤਾਂ ਹੁੰਦੀਆਂ ਨੇ, ਔਰ ਫਿਰ ਜਾ ਕੇ ਅੱਜ ਪਿੰਡ ਪਿੰਡ ਜੋ ਘੇਰਿਆ ਜਾ ਰਿਹਾ। ਅੱਜ ਅਸੀਂ ਪੁੱਛਣ ਲੱਗ ਗਏ ਹਾਂ ਤੁਹਾਡਾ ਮੈਨੀਫੈਸਟੋ ਕੀ ਹੈ, ਤੁਸੀਂ ਸਾਡਾ ਅੱਜ ਪੰਜਾਬ ਦਾ ਡੈਫਿਸਿਟ ਇੰਨਾ ਹੈ, ਸਾਡੀ ਪਾਲਿਸੀ ਮੇਕਿੰਗ ਚ ਕੀ ਆਹ ਗਲਤ ਹੋ ਰਿਹਾ, ਐਂ ਕਿਉਂ ਨਹੀਂ ਕੀਤਾ ਗਿਆ, ਸਬਸਿਡੀਆਂ ਕਿੰਨੀਆਂ ਨੇ, ਸਾਡੀ ਇਸ ਚੀਜ਼ ਨੂੰ ਤੁਸੀਂ ਆਪਦਾ ਮੁੱਦਾ ਕਿਉਂ ਨਹੀਂ ਬਣਾਉਂਦੇ, ਅੱਜ ਇਹ ਗੱਲਾਂ ਹੋਣ ਲੱਗ ਗਈਆਂ। ਪਹਿਲਾਂ ਕੀ ਹੋ ਰਿਹਾ ਸੀ, ਅੱਜ ਤੋਂ ਸਾਲ ਪਹਿਲਾਂ ਨਸ਼ੇ ਨਾਲ ਮੁੰਡੇ ਗਏ, ਅੱਜ ਵੀ ਨਸ਼ਾ ਹੈਗਾ, ਪਰ ਇਹ ਚੇਂਜ ਆ ਗਈ ਨਾ। ਅੱਜ ਉਹ ਗੱਡੀਆਂ ਦੀ ਗੱਲ ਨਹੀਂ ਕਰ ਰਹੇ, ਅੱਜ ਉਹ ਹਥਿਆਰਾਂ ਦੀ ਗੱਲ ਨਹੀਂ ਕਰ ਰਹੇ ਸਿਰਫ, ਅੱਜ ਉਹ ਮੁੱਦਿਆਂ ਦੀ ਗੱਲ ਕਰ ਰਹੇ, ਹਿਸਟਰੀ ਦੀ ਗੱਲ ਕਰ ਰਹੇ ਹੈ। ਇਹ ਕਿਹੜੇ ਅੰਦੋਲਨ, ਇਹ ਅੰਦੋਲਨ ਤੁਹਾਨੂੰ, ਇਹ ਅੰਦੋਲਨ ਤੁਹਾਨੂੰ ਬਹੁ ਪੱਖੀ ਗੱਲਾਂ ਦੇ ਕੇ ਜਾਂਦੇ ਨੇ, ਬਹੁ ਪੱਖੀ, ਔਰ ਉਹਨਾਂ ਬਹੁ ਪੱਖੀ ਵਿਚਾਰਾਂ ਤੇ ਗੱਲਾਂ ਨਾਲ ਅਸੀਂ ਤਰੱਕੀਆਂ ਕਰਦੇ ਹਾਂ। ਰਾਈਟ 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 ਅਤੇ ਮਾਨ ਸਾਹਿਬ, ਤੁਸੀਂ ਇਲੈਬਰੇਸ਼ਨ ਬਹੁਤ ਵਧੀਆ ਕੀਤਾ। ਹੁਣ ਆਪਾਂ ਕਿਸਾਨ ਅੰਦੋਲਨ ਤੋਂ ਨਾ ਬਾਹਰ ਆ ਕੇ, ਕਿਉਂਕਿ ਮੈਂ ਤੁਹਾਨੂੰ ਕੁਐਸਚਨ ਪੁੱਛੂੰਗਾ, ਥੋੜ੍ਹੀ ਜਿਹੀ ਭੂਮਿਕਾ ਮੰਨ ਕੇ ਕੁਐਸਚਨ ਤੁਹਾਨੂੰ ਤਾਂ ਪੁੱਛੂੰਗਾ ਕਿਉਂਕਿ ਤੁਸੀਂ ਲੋਕਾਂ 'ਚ ਵਿਚਰ ਰਹੇ ਹੋ। ਲੋਕ ਬੋਂਬੇ ਬੈਠੇ, ਹਜ਼ਾਰਾਂ ਕਰੋੜਾਂ ਦੇ ਮਾਲਕ ਨੇ, ਪ੍ਰੋਡਿਊਸਰ ਡਾਇਰੈਕਟਰ, ਸ਼ਾਇਦ ਤੁਸੀਂ ਵੀ ਉੱਥੇ ਜਾ ਕੇ ਉਹਨਾਂ ਤੋਂ ਵੀ ਉੱਪਰ ਹੋ ਸਕਦੇ ਸੀ, ਆਪਦੀ ਕਾਬਲੀਅਤ ਜਿੱਦਾਂ ਦੀ ਤੁਹਾਡੇ ਕੋਲ ਹੈਗੀ ਹੈ, ਪਰ ਤੁਸੀਂ ਲੋਕਾਂ 'ਚ ਵਿਚਰ ਰਹੇ ਹਾਂ। ਕੁਐਸਚਨ ਤੁਹਾਡੇ 'ਤੇ ਬਹੁਤ ਸੋਹਣਾ ਟੁੱਕਦਾ, ਪਰ ਆਪਾਂ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ। ਦਰਸ਼ਕੋ ਸਾਡੇ ਨਾਲ ਬਣੇ ਹੋਏ ਨੇ ਮਾਨਯੋਗ ਅਮਿਤ ਉਜਮਾਨ ਜੀ, ਅਤੇ ਇਲੈਬਰੇਸ਼ਨ ਬਹੁਤ ਵਧੀਆ ਹਰ ਮੁੱਦੇ 'ਤੇ ਕਰ ਰਿਹਾ, ਪਰ ਆਪਾਂ ਨੂੰ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ। ਇੱਦਾਂ ਬਣੇ ਰਹੋ ਜਸ ਪੰਜਾਬੀ ਤੱਕ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫਿਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ। ਆਪਣੇ ਨਾਲ ਬਣੇ ਹੋਏ ਨੇ ਮਾਣਯੋਗ ਅਮਿਤ ਉਜਮਾਨ ਜੀ, ਮਾਨ ਸਾਹਿਬ। ਮੈਂ ਜਿਹੜਾ ਕੁਐਸਚਨ ਤੁਹਾਨੂੰ ਨੈਕਸਟ ਪੁੱਛਣ ਜਾ ਰਿਹਾ ਹਾਂ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ, ਲੋਕਾਂ 'ਚ ਵਿਚਰ ਰਹੇ ਹੋ, ਤੁਸੀਂ ਚਾਹੁੰਦੇ ਮੁੰਬਈ ਜਾ ਕੇ ਬਹੁਤ ਵਧੀਆ ਆਰਾਮ ਨਾਲ ਸੁਭਾਸ਼ ਗਈ ਦੇ ਜਾਂ ਮਹੇਸ਼ ਭੱਟ ਦੇ ਬਰਾਬਰ ਬੰਗਲਾ ਪਾ ਕੇ ਬੈਠ ਕੇ ਆਰਾਮ ਨਾਲ ਬੈਠ ਸਕਦੇ ਸੀਗੇ, ਪਰ ਜਿਹੜਾ ਦਰਦ ਪੰਜਾਬ, ਪੰਜਾਬੀਅਤ ਅਤੇ ਇਨਸਾਨੀਅਤ ਦਾ ਪੂਰੇ ਹਿੰਦੁਸਤਾਨ ਦਾ ਲੈ ਕੇ ਤੁਸੀਂ ਚੱਲ ਰਹੇ ਹੋ, ਮੈਂ ਉਹਦੇ ਸੰਦਰਭ ਦੇ ਵਿੱਚ ਇੱਕ ਕੁਐਸਚਨ ਕਰੂੰਗਾ, ਕੋਟ ਕਰੂੰਗਾ ਮੈਂ, ਕਿ ਮੰਨ ਲਓ ਇਹ ਤਿੰਨੇ ਕਾਨੂੰਨ ਰੱਦ ਹੋ ਜਾਂਦੇ ਆ, ਸਾਰੇ ਬੰਦੇ ਆਪੋ ਆਪਣੇ ਘਰਾਂ 'ਚ ਆ ਜਾਂਦੇ ਆ, ਜਿੱਤ ਤਾਂ ਹੋ ਗਈ ਇਹਦੇ ਵਿੱਚ, ਹਰ ਕਿਸੇ ਦੀ ਨਹੀਂ, ਗੌਰਮੈਂਟ ਦੀ ਵੀ ਜਿੱਤ ਹੈ, ਕਿਉਂਕਿ ਉਹ ਗੌਰਮੈਂਟ ਵੀ ਜਿਹੜੀ ਹੈ ਲੋਕਾਂ ਵੱਲੋਂ ਬਣਾਈ ਗਈ ਹੈ। ਮੇਰਾ ਕੁਐਸਚਨ ਇਹ ਹੈ, ਜੇ ਆਪਾਂ ਘਰਾਂ ਨੂੰ ਆ ਗਏ, ਤਿੰਨੇ ਕਾਨੂੰਨ ਰੱਦ ਹੋ ਗਏ, ਪਾਣੀ ਪੰਜਾਬ ਦਾ ਉੱਪਰ ਨਹੀਂ ਆਉਣਾ, ਉਹ ਥੱਲੇ ਜਾ ਰਿਹਾ, ਰੈਗੂਲਰ ਥੱਲੇ ਜਾ ਰਿਹਾ ਨਾ। ਮੈਂ ਕੁਛ ਦਿਨ ਪਹਿਲਾਂ ਮਾਨ ਸਾਹਿਬ ਸਰਦਾਰਾ ਡਾਕਟਰ ਸਰਦਾਰਾ ਸਿੰਘ ਜੋਲ ਦਾ ਇੰਟਰਵਿਊ ਵੀ ਇੱਕ ਦੋ ਕੀਤੇ, ਪਰ ਮੈਂ ਫੋਨ 'ਤੇ ਗੱਲ ਕੀਤੀ ਸੀ ਆਪਦੇ ਇੱਕ ਦੋ ਕੁਐਸਚਨ ਉਹਨਾਂ ਤੋਂ ਪੁੱਛਣ ਲਈ, ਤਾਂ ਉਹਨਾਂ ਨੂੰ ਮੈਂ ਇੱਕ ਗੱਲ ਪੁੱਛੀ ਸੀ ਜਿਹੜੀ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗਾ। ਮੈਂ ਕਿਹਾ ਜੀ ਮਾਨ ਡਾਕਟਰ ਸਾਹਿਬ, ਜੇ ਆਪਾਂ ਝੋਨਾ ਨਾ ਬੀਜੀਏ ਤਾਂ ਤੁਸੀਂ ਦੱਸੋ, ਤੁਸੀਂ ਸਿਆਣੇ ਹੋ, ਕਿ ਅਸੀਂ ਕਿਹੜੀ ਫਸਲ ਪੰਜਾਬ 'ਚ ਬੀਜ ਸਕਦੇ ਹਾਂ ਜਿਹੜਾ ਬਿਲਕੁਲ ਘੱਟ ਪਾਣੀ ਲਵੇ ਅਤੇ ਵਧੀਆ ਪਲ ਸਕੇ, ਲੋਕ ਪਰਿਵਾਰਾਂ ਦਾ ਗੁਜ਼ਾਰਾ ਕਰ ਸਕਣ। ਤਾਂ ਉਹਨਾਂ ਨੇ ਬਹੁਤ ਬਿਊਟੀਫੁਲੀ ਇੱਕ ਲਾਈਨ 'ਚ ਕਹੀ ਸੀ ਮਾਨ ਸਾਹਿਬ, ਉਹਨਾਂ ਨੇ ਕਿਹਾ ਸੀਗਾ ਤੁਸੀਂ ਉਹ ਫਸਲ ਬੀਜੋ ਜੋ ਪਾਣੀ ਖਤਮ ਹੋਣ ਤੋਂ ਬਾਅਦ ਬੀਜੋਗੇ, ਬਸ ਉਹਨਾਂ ਨੇ ਗੱਲ ਖਤਮ ਕਰ ਦਿੱਤੀ। ਮੈਂ ਤੁਹਾਨੂੰ ਇਹ ਕਹਿ ਰਿਹਾ ਤੁਸੀਂ ਲੋਕਾਂ 'ਚ ਮਸ਼ਹੂਰ ਗੱਲ ਉਹਨਾਂ ਨੇ ਪਹਿਲਾਂ ਚਿਰ ਦੀ ਕਹੀ ਹੋਈ ਹੈ, ਮੇਰੇ ਨਾਲ ਫੋਨ 'ਤੇ ਮੈਂ ਪਹਿਲਾਂ ਨਹੀਂ ਸੁਣੀ ਮੈਨਾਂ, ਪਰ ਮਾਨ ਸਾਹਿਬ ਮੈਨੂੰ ਇੱਕ ਗੱਲ ਦੱਸੋ ਕਿ ਤੁਸੀਂ ਲੋਕਾਂ 'ਚ ਵਿਚਰ ਰਹੇ ਹਾਂ, ਕਾਨੂੰਨ ਆਪ ਜਗ੍ਹਾ ਮਾਫ਼ ਹੋ ਜਾਣਗੇ, ਰੱਬ ਕਰੇ ਕੋਈ ਵਿਚਲਾ ਰਾਹ ਨਿਕਲ ਆਵੇ, ਸਾਰਿਆਂ ਦੀ ਵਿਨ ਵਿਨ ਸਿਚੁਏਸ਼ਨ ਬਣ ਜਾਵੇ, ਪਰ ਤੁਸੀਂ ਮੈਨੂੰ ਇਹ ਦੱਸੋ ਮਾਨ ਸਾਹਿਬ, ਜੋ ਲੋਕਾਂ 'ਚ ਵਿਚਰਦੇ ਤੁਸੀਂ ਇਸ ਜਾਗਰੂਕ ਕਰ ਰਹੇ ਹੋ ਕਿ ਆਪਾਂ ਨੂੰ ਕਿਤੇ ਨਾ ਕਿਤੇ ਸਟਾਪ ਲਾਉਣਾ ਪੈਣਾ, ਨਹੀਂ ਤਾਂ ਮਾਰੂਥਲ ਵੱਲ ਜਾ ਰਹੀ ਹੈ ਪੰਜਾਬ ਦੀ ਧਰਤੀ। ਬਹੁਤ ਜਲਦੀ ਨਹੀਂ, ਅਸੀਂ ਆਲਰੇਡੀ, ਤੁਸੀਂ ਸੋਚੋ ਕਦੇ ਸੁਣਿਆ ਸੀ ਲੈ ਵੀ ਥੱਲਿਓਂ ਸਾਡੀ ਬੋਰ ਜਾਂ ਨਲਕੇ ਲਾਲ ਪਾਣੀ ਕੱਢ ਰਹੇ ਨੇ, ਇੱਕ ਤਾਂ ਪਾਣੀ ਹੈ ਨਹੀਂ ਤੇ ਜੇ ਨਿਕਲ ਵੀ ਰਿਹਾ ਤਾਂ ਉਹ ਵੀ ਲਾਲ। ਅਸੀਂ ਸਾਡੀਆਂ ਜਿਹੜੀਆਂ ਇੱਥੇ ਜੋ ਥੋੜੀਆਂ ਬਹੁਤ ਫੈਕਟਰੀਜ਼ ਹੈਗੀਆਂ ਨੇ, ਅਸੀਂ ਕਿੰਨਾ ਆਪਦੀ ਜ਼ਮੀਨ ਦਾ ਤੇ ਜ਼ਮੀਨ ਦੇ ਥੱਲੜੇ ਪਾਣੀ ਦਾ ਸੱਤਿਆਨਾਸ਼ ਕਰ ਚੁੱਕੇ ਹਾਂ, ਇਹ ਸਾਨੂੰ ਜਾਣਨ ਦੀ ਲੋੜ ਹੈ। ਪਤਾ ਗੁਰਲਾਲ ਜੀ ਹੁੰਦਾ ਕੀ ਹੈ, ਅਸੀਂ ਦੂਜੇ ਵੱਲ ਹੱਥ ਬਹੁਤ ਸੌਖਾ ਕਰ ਦਿੰਦੇ ਹਾਂ, ਆਹ ਸਰਕਾਰ ਮਾੜੀ, ਆਹ ਫਲਾਨਾ ਮਾੜਾ, ਅਸਲ 'ਚ ਮਾੜੇ ਅਸੀਂ ਹੋ ਗਏ ਹਾਂ। ਇਹ ਸਾਨੂੰ ਸੋਚਣਾ ਚਾਹੀਦਾ, ਸਾਡੀ ਸੋਚ ਗਈ ਗੁਜ਼ਰੀ ਹੋ ਗਈ ਹੈ, ਅਸੀਂ ਆਪਦੇ ਛੋਟਿਆਂ ਜਿਹਾ ਫਾਇਦਿਆਂ ਲਈ ਸੱਤਿਆਨਾਸ਼ ਕਰ ਦਿੰਦੇ ਹਾਂ ਆਪਦੀ ਕੌਮ ਦਾ, ਆਪਦੇ ਉਸ ਖਿੱਤੇ ਦਾ, ਆਪਦੀ ਜ਼ਮੀਨ ਦਾ, ਆਪਦੇ ਪਾਣੀ ਦਾ।
ਸਾਨੂੰ ਇਹ ਸਮਝਣਾ ਪਊਗਾ ਕਿ ਜੇ ਅਸੀਂ ਆਹ ਜਿਹੜਾ ਦੇਖੋ ਤੁਸੀਂ ਅਮਰੀਕਾ 'ਚ ਬਹੁਤ ਵਧੀਆ ਕਰ ਰਹੇ ਹੋ ਸਾਰੇ, ਕੈਨੇਡਾ 'ਚ ਬਹੁਤ ਅੱਛਾ ਹੋ ਰਿਹਾ, ਪਰ ਜੇ ਤੁਹਾਡਾ ਬੇਸ ਹੀ ਕਾਇਮ ਨਾ ਰਿਹਾ, ਤੁਹਾਡਾ ਤੁਹਾਡਾ ਵੀ ਸਕਸੈਸਫੁਲ ਹੋਣ ਦਾ ਕੋਈ ਮਾਇਨੇ ਨਹੀਂ ਗਾ। ਸ਼ਾਇਦ ਇਸੇ ਕਰਕੇ ਤੁਸੀਂ ਜੁੜੇ ਹੋਏ ਹੋ ਪੰਜਾਬ ਨਾਲ। ਅੱਜ ਪੰਜਾਬ ਦੇ ਮਸਲਿਆਂ ਨੂੰ ਸਾਹਮਣੇ ਲਿਆਉਣਾ ਪਊਗਾ, ਇਹ ਪਾਰਟੀਆਂ ਨਹੀਂ ਲਿਆਉਣਗੀਆਂ। ਪੰਜਾਬ ਦੇ ਅਸਲ ਏਜੰਡੇ ਕੀ ਨੇ ਸਰ? ਅੱਜ ਸਾਡਾ, ਮੈਂ ਤੁਹਾਨੂੰ ਪਾਣੀ ਦੇ ਨਾਲ ਜੋੜ ਕੇ ਇਲੈਬੋਰੇਟ ਕਰਕੇ ਆਪਾਂ ਇਸ ਗੱਲ ਨੂੰ ਕਰਦੇ ਹਾਂ ਜੀ, ਕਿ ਅੱਜ ਸਾਡਾ ਰੈਵਨਿਊ ਜਨਰੇਸ਼ਨ ਪੰਜਾਬ ਦਾ 95,000 ਕਰੋੜ, 95,000 ਕਰੋੜ, ਤੇ ਸਾਡਾ ਖਰਚਾ ਹੈਗਾ 1.5 ਲੱਖ ਕਰੋੜ। 55,000 ਕਰੋੜ ਦੇ ਅਸੀਂ ਘਾਟੇ 'ਚ ਹਾਂ, ਪਹਿਲੀ ਗੱਲ। ਦੂਜੀ ਗੱਲ, 3 ਲੱਖ ਕਰੋੜ ਤੋਂ ਗਰੀਬ ਸਾਡਾ ਕਰਜ਼ਾ ਹੋ ਗਿਆ ਜੀ, ਉਹਦਾ ਜਿਹੜਾ ਇੰਟਰਸਟ ਦਿੰਦੇ ਹਾਂ ਅਸੀਂ, ਉਹ ਸਾਡੀ ਗਵਰਨਮੈਂਟ ਦਾ ਸਭ ਤੋਂ ਵੱਡਾ ਖਰਚ ਉਹ ਹੈ। ਤੇ ਫਿਰ ਤਨਖਾਹ ਜੁੜ ਗਈ ਤੇ ਨਾਲ ਸਬਸਿਡੀ ਜੁੜ ਗਈ, ਬਚਿਆ ਹੀ ਕੱਖ ਨਹੀਂ। ਤਾਂ ਸਾਡੀ ਰੈਵਨਿਊ ਜਨਰੇਸ਼ਨ ਕਿਵੇਂ ਵਧੇ, ਕਰਜ਼ੇ ਦਾ ਕੀ ਕਰੀਏ? ਔਰ ਜਿਹੜੀ ਵੱਧ ਇੰਤਜ਼ਾਮੀ ਹੈ, ਅੱਜ ਹਰ ਬੱਚਾ ਆਈਲੈਟ ਕਿੱਥੋਂ ਕਰਨਾ ਹੈ? ਉਹ ਯਾਰ, ਜੇ ਇੱਥੋਂ ਦਾ ਪੜ੍ਹਿਆ ਲਿਖਿਆ ਹਿਊਮਨ ਰਿਸੋਰਸ ਜਾਂ ਬੱਚੇ ਜਿਹਦੇ ਬਾਹੂਬਲ ਹੁੰਦੇ ਤੁਹਾਡੇ, ਜੇ ਉਹ ਬਾਹਰ ਆ ਗਏ ਤਾਂ ਇੱਥੇ ਕੌਣ ਰਹਿ ਜੂਗਾ? ਨਸ਼ੇੜੀ ਇਹਨਾਂ ਨਿਕੰਮਿਆਂ ਨੇ ਪਹਿਲਾਂ ਸੱਤਿਆ ਨਾਸ਼ ਕੀਤਾ ਜੋ ਪੰਜਾਬ ਦੇ ਆਪ ਬੈਠੇ ਨੇ ਹੁਕਮਰਾਨ। ਅੱਜ ਮੈਂ ਤੁਹਾਨੂੰ ਇੱਕ ਟ੍ਰੈਜਿਕ ਗੱਲ ਹੈ ਇਹ ਕਿ ਸਾਡੀ ਐਡਮਿਨਿਸਟ੍ਰੇਸ਼ਨ 'ਚ ਅੱਜ ਪੰਜਾਬ ਦੀ 'ਚ ਆ ਕੇ ਵੇਖ ਲਓ, ਚਾਹੇ ਉੱਧਰੋਂ ਚੀਫ ਸੈਕਟਰੀ ਸਾਹਿਬ ਤੋਂ ਪੜ੍ਹ ਲਓ, DGP ਸਾਹਿਬ ਤੋਂ ਪੜ੍ਹ ਲਓ, ਸਾਰੇ ਸੈਕਟਰੀ ਪੜ੍ਹ ਲਓ, ਥੱਲੇ ਤੱਕ ਪੜ੍ਹ ਲਓ, ਸਾਡੀ ਕੌਮ ਦੇ ਕਿੰਨੇ ਕੁ ਬੰਦੇ ਨੇ ਤੇ ਪੰਜਾਬ 'ਚੋਂ ਪੜ੍ਹੇ ਲਿਖੇ ਕਿੰਨੇ ਕੁ ਨੇ? ਹੈ ਹੀ ਨਹੀਂ। ਔਰ ਇਹ ਕੋਈ ਸਾਜਿਸ਼ ਨਹੀਂ, ਇਹ ਸਾਡੇ ਲੋਕਾਂ ਦੀ ਵੀ ਗਈ ਗੁਜ਼ਰੀ ਗੱਲ ਹੈ ਕਿ ਅਸੀਂ ਸਿਰਫ ਬਾਹਰ ਭੱਜਣਾ, ਬਾਹਰ ਜਾ ਕੇ ਅਸੀਂ ਕੁਛ ਵੀ ਕਰਨਾ ਤੇ ਇੱਥੇ ਕੁਛ ਵੀ ਨਹੀਂ ਕਰਨਾ। ਇਹ ਦਿਸ ਇਜ਼ ਅ ਪ੍ਰੋਬਲਮ, ਦਿਸ ਇਜ਼ ਦ ਪ੍ਰੋਬਲਮ, ਯੈਸ। ਜੇ ਅਸੀਂ ਭੱਜਦੇ ਰਹੇ, ਔਰ ਦੇਖੋ ਟ੍ਰੈਜਡੀ ਦੀ ਗੱਲ ਵੇਖੋ ਇੱਕ ਹੋਰ, ਕਿ ਸਾਡੀ ਇੱਕ ਪਾਰਟੀਆਂ ਨਹੀਂ, ਪਾਰਟੀਆਂ ਕੀ ਕਹਿ ਰਹੀਆਂ ਹੁਣ, ਅਸੀਂ ਆਪਦੇ ਮੈਨੀਫੈਸਟੋ 'ਚ ਲਿਆਵਾਂਗੇ ਕਿ ਬਾਹਰ ਜਾਣ 'ਚ ਅਸੀਂ ਮਦਦ ਕਿਵੇਂ ਕਰ ਸਕਦੇ ਹਾਂ, ਬੱਚਿਆਂ ਦੀ ਲੋਨ ਕ੍ਰੀਏਟ ਕਰੀਏ। ਮਤਲਬ ਤੁਸੀਂ ਪਲਾਨ 'ਚ ਭੱਜਣ 'ਚ ਇੱਥੋਂ ਮਦਦ ਕਰੋਗੇ, ਤੇ ਫਿਰ ਇਹ ਕਿਹਦੇ ਹਵਾਲੇ ਰਹਿ ਜੂਗਾ? ਜਿੱਥੇ ਤੁਹਾਡੇ ਗੁਰੂਆਂ ਦਾ, ਤੁਹਾਡੇ ਸ਼ਹੀਦਾਂ ਦਾ ਖੂਨ ਪਸੀਨਾ ਡੁੱਲਿਆ, ਇਹ ਕਿਹਦੇ ਹਵਾਲੇ ਰਹਿ ਜੂਗਾ? ਜੀ 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 ਮਾਨ ਸਾਹਿਬ, ਇਹ ਮੁੱਦੇ ਸਾਨੂੰ ਇਹਨਾਂ ਪਾਰਟੀਆਂ ਦੇ ਮੁੱਦੇ ਬਣਾਉਣੇ ਪੈਣਗੇ। ਇਹਨਾਂ ਨੂੰ ਕਹਿਣਾ ਪਊਗਾ, ਜਾਂ ਤਾਂ ਇਹਨਾਂ ਨੂੰ ਕਰੋ, ਟਾਈਮ ਲਾਈਨ ਫਿਕਸ ਕਰੋ, ਔਰ ਕਮਿਟਡ ਹੋਵੋ ਇਹਨਾਂ ਗੱਲਾਂ ਲਈ, ਨਹੀਂ ਤਾਂ ਤੁਸੀਂ ਚੱਲੋ, ਤੁਮ ਨਹੀਂ ਕੋਈ ਔਰ ਸਹੀ, ਔਰ ਨਹੀਂ ਤਾਂ ਕੋਈ ਔਰ ਸਹੀ, ਅਸੀਂ ਮਸਲਾ ਸਹੀ ਕਰਨਾ ਹੈ। ਠੀਕ 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 ਮਾਨ ਸਾਹਿਬ, ਇੱਕ ਨਾ ਆਪਾਂ ਇਹਦੇ 'ਚ ਹੀ ਆ ਰਹੇ ਹਾਂ ਆਈਲੈਟਸ ਵਾਲੇ ਤੇ ਮਸਲੇ 'ਤੇ, ਬੜੇ ਲੋਕਾਂ ਦੇ ਖਦਸ਼ੇ ਨੇ, ਜਿਹੜੇ ਬੁੱਧੀਜੀਵੀ ਇੱਥੇ ਵੀ ਬੈਠ ਕੇ ਜੁੜਦੇ ਨੇ ਅਤੇ ਉਹ ਬਹੁਤ ਫਿਕਰਮੰਦ ਹੁੰਦੇ ਨੇ। ਮਾਨ ਸਾਹਿਬ, ਮੈਂ ਇੱਕ ਤੁਹਾਡੀ ਲਾਈਨ ਹੀ ਤੁਹਾਨੂੰ ਦੱਸਣਾ, ਵੀ ਤੁਸੀਂ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਪਿਸ਼ਾਵਰ ਤੋਂ ਲੈ ਕੇ ਬਿਹਾਰ ਤੱਕ ਇੱਦਾਂ ਦਾ ਪੌਣ ਪਾਣੀ, ਯਾਨੀ ਕਿ ਧਰਤੀ ਕਿਤੇ ਨਹੀਂ ਹੈ ਵਰਲਡ ਦੇ ਵਿੱਚ, ਕਿਤੇ ਹੋਊਗੀ ਤਾਂ ਥੋੜ੍ਹਾ ਬਹੁਤਾ ਟੋਟਾ ਹੋਊਗਾ, ਕੋਈ ਗੱਲ ਨਹੀਂ। ਫਿਰ ਕਸੂਰ ਆਪਣਾ ਆ ਜਾਂਦਾ ਕਿ ਅਸੀਂ ਹੱਦ ਤੋਂ ਜ਼ਿਆਦਾ ਪਾਣੀ ਕੱਢ ਲਿਆ ਵਿੱਚੋਂ, ਧਰਤੀ ਤੋਂ ਝੋਨਾ ਬੀਜ ਕੇ ਲੋਕਾਂ ਨੂੰ, ਹਾਲਾਂਕਿ ਪੰਜਾਬ 'ਚ ਤਾਂ ਚੌਲਾਂ ਦੀ ਖਪਤ ਇੰਨੀ ਹੈ ਹੀ ਨਹੀਂ, ਜਾਂ ਹਰਿਆਣੇ 'ਚ ਇੰਨੀ ਹੈ ਨਹੀਂ, ਆਪਾਂ ਦੇ ਤੀ ਲੋਕਾਂ ਨੂੰ, ਪਰ ਜਾਗਰੂਕਤਾ ਕਦੋਂ ਆਊਗੀ? ਜਾਗਰੂਕਤਾ ਤੁਹਾਡੇ ਵਰਗੇ ਲੋਕ ਲੈ ਕੇ ਆਉਣਗੇ ਕਿ ਭਾਈ ਕੋਈ ਡਾਇਵਰਸੀਫਿਕੇਸ਼ਨ ਫਸਲ ਲਿਆਓ, ਉਸ ਤੋਂ ਬਾਅਦ ਜਿਹੜੇ ਬੱਚਿਆਂ ਦਾ ਰੁਝਾਨ ਹੈਗਾ ਆ, ਕਿ ਮੈਂ ਇੱਥੇ ਨਹੀਂ, ਕਿਉਂਕਿ ਜਿੱਦਾਂ ਤੁਸੀਂ ਕਿਹਾ ਕਿ ਸੁਪਰਡੈਂਟ ਆਫ ਪੁਲਿਸ SP, ਮੇਰੇ ਖਿਆਲ ਨਹੀਂ ਪੰਜਾਬ ਦਾ ਕੋਈ ਜ਼ਿਲ੍ਹਾ ਹੋਊਗਾ ਜਿਸ 'ਚ ਬਾਹਰਲਾ SP ਨਾ ਹੋਊਗਾ, ਜਾਂ ਡਿਸਟ੍ਰਿਕਟ ਕਲੈਕਟਰ ਨਾ ਹੋਊਗਾ। ਦੋ ਗੱਲਾਂ ਆ ਗਈਆਂ, ਬੱਚਿਆਂ ਨੂੰ ਉੱਥੇ ਬਹਿ ਕੇ ਪੜ੍ਹਾਉਣਾ, ਨੰਬਰ 2 ਆ ਗਿਆ ਕਿ ਜਿਹੜਾ ਅਸੀਂ ਪਾਣੀ ਬਚਾਉਣਾ, ਪਾਣੀ ਦਾ ਮਤਲਬ ਕਿ ਘੱਟ ਪਾਣੀ ਦੀ ਖਪਤ ਵਾਲੀਆਂ ਫਸਲਾਂ ਲਾਉਣੀਆਂ। ਤੁਸੀਂ ਤੀਸਰੀ ਚੀਜ਼ ਤੁਸੀਂ ਲੋਕਾਂ 'ਚ ਵਿਚ ਰਹੇ ਹੋ, ਤੀਸਰੀ ਚੀਜ਼ ਇਹ ਹੈ ਕਿ ਰੁੱਖ ਕੱਟ ਰਹੇ ਹਾਂ। ਉਹ ਧਰਤੀ ਉਹ ਰਹਿਣੀ ਨਹੀਂ ਜਿਹੜੀ ਤੁਸੀਂ ਗੱਲ ਕਰਦੇ ਹੁੰਦੇ ਕਿ ਪਿਸ਼ਾਵਰ ਤੋਂ ਲੈ ਕੇ ਬਿਹਾਰ ਤੱਕ। ਜੇ ਇੱਦਾਂ ਹੀ ਰੁੱਖ ਕੱਟਦੇ ਗਏ ਤਾਂ ਤੁਸੀਂ ਦੇਖਿਆ ਹੋਣਾ, ਜਦੋਂ ਤੁਸੀਂ ਛੋਟੇ ਹੁੰਦੇ ਸੀ, ਆ ਅਸੀਂ ਇੰਡੀਆ 30 ਸਾਲ ਪਹਿਲਾਂ ਰਹਿੰਦੇ ਸੀ, ਇੰਨੀ ਗਰਮੀ ਨਹੀਂ ਸੀ ਪੈਂਦੀ, ਹੁਣ ਤਾਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ। ਫਿਰ ਆਉਣ ਵਾਲੇ ਟਾਈਮ 'ਚ ਆਪਾਂ ਕੀ ਮੁਸ਼ਕਲਾਂ ਦਾ ਸਾਹਮਣਾ ਕਿੱਦਾਂ ਕਿੱਦਾਂ ਕਰਾਂਗੇ? ਸਾਡੇ ਪੰਛੀ ਕਿਉਂ ਖਤਮ ਹੋ ਗਏ ਪਿੰਡਾਂ 'ਚ? ਨਾ ਤਾਂ ਘਰਾਂ 'ਚ ਦਰਖਤ ਰਹਿ ਗਿਆ, ਜ਼ਮੀਨਾਂ ਅਸੀਂ ਰੋਡੀਆਂ ਕਰਤੀਆਂ, ਜਮਾਂ ਰੋਡੀਆਂ ਜ਼ਮੀਨਾਂ ਕਰੀ ਬੈਠੇ ਹਾਂ ਸਾਰੇ। ਔਰ ਜਿਵੇਂ ਤੁਸੀਂ ਇੱਕ ਹੁਣੇ ਛੋਟੀ ਜਿਹੀ ਗੱਲ ਕਹੀ ਕਿ ਮੰਨ ਲਓ, ਚਲੋ ਤੁਸੀਂ ਝੋਨਾ ਲਾਉਣਾ ਹੈ, ਚਾਵਲ ਜਾਂ ਜੋ ਵੀ ਜੀਰੀ ਕਹਿ ਲਓ, ਇਹਨੂੰ ਜੋ ਮਰਜ਼ੀ ਕਹਿ ਲਓ, ਅੱਡੋ ਅੱਡ ਇਲਾਕਿਆਂ 'ਚ ਕਿਹਾ ਜਾਂਦਾ। ਹੁਣ ਝੋਨਾ ਲਾਉਣ ਦੀ ਬਜਾਏ ਅਸੀਂ ਬੀਜ ਹੀ ਲਈਏ ਯਾਰ, ਇੰਨਾ ਤਾਂ ਕੰਮ ਕਰ ਸਕਦੇ ਹਾਂ। ਤੁਸੀਂ ਹੁਣੇ ਬੀਜਣ ਦੀ ਗੱਲ ਕੀਤੀ ਸੀ, ਝੋਨਾ ਆਪਾਂ ਲਾਉਣੇ ਆ, ਪਾਣੀ ਜ਼ਿਆਦਾ ਚਾਹੀਦਾ।
ਜੇ ਅਸੀਂ ਬੀਜਦੇ ਹਾਂ ਤਾਂ ਐਟਲੀਸਟ ਪਹਿਲਾ ਡੇਢ ਮਹੀਨਾ ਜਾਂ ਮਹੀਨਾ ਜਦੋਂ ਕਿ ਬਾਰਿਸ਼ ਅਜੇ ਆਈ ਨਹੀਂ ਹੁੰਦੀ ਗੀ, ਮੌਨਸੂਨ ਨੂੰ ਆਇਆ ਨਹੀਂ ਹੁੰਦਾ ਗਾ, ਉਹ ਸਾਡਾ ਬਚ ਸਕਦਾ। ਬੀਜਣ ਵੇਲੇ ਨਹੀਂ ਚਾਹੀਦਾ ਪਾਣੀ ਸ਼ੁਰੂ ਚ ਇੰਨਾ। ਅਸੀਂ ਦੇਖੋ ਹਰ ਗੱਲ ਤੇ ਸਰਕਾਰ ਹੀ ਮਾੜੀ ਹੈ, ਅਸੀਂ ਉਹ ਵੀ ਛੱਡ ਦਈਏ ਕਹਿਣਾ, ਉਹ ਵੀ ਛੱਡ ਦਈਏ, ਸਾਨੂੰ ਆਪਦੇ ਵੱਲ ਵੀ ਝਾਤੀ ਮਾਰ। ਹਾਂ, ਔਰ ਸਾਨੂੰ ਥੋੜਾ ਜਿਹਾ ਰਿਐਕਟ ਕਰਨਾ ਪਊਗਾ। ਅਸੀਂ ਬਾਹਲਾ ਹੀ ਸੇਫ ਹੋ ਕੇ ਨਾ, ਅਸੀਂ ਸੇਫ, ਤੁਹਾਨੂੰ ਮੈਂ ਦੱਸਿਆ ਸੇਫ ਹਰ ਮਾਮਲੇ 'ਚ ਨਾ ਜੀ, ਅਸੀਂ ਆਹ ਫਸਲ ਦੇ ਵੀ ਨਹੀਂ ਨੇੜੇ ਜਾਣਾ, ਅਸੀਂ ਇਸ ਫਸਲ ਦੇ ਵੀ ਨਹੀਂ ਨੇੜੇ ਜਾਣਾ। ਮੇਰੇ ਰਿਸ਼ਤੇਦਾਰ ਨੇ ਤੇ ਕਪੂਰ ਫਾਰਮ ਆ ਉਹਨਾਂ ਦਾ, ਔਰ ਬਹੁਤ ਸਾਰੇ ਪਿੰਡਾਂ 'ਚ ਵੀ ਇਹ ਖੇਤੀ ਸ਼ੁਰੂ ਹੋ ਗਈ ਹੈ। ਉਹ ਇਹਨਾਂ ਟ੍ਰੈਡੀਸ਼ਨਲ ਫਸਲਾਂ ਨੂੰ ਛੱਡ ਕੇ ਖੇਤੀ ਕਰਦੇ ਨੇ ਤੇ 1.5-2.5 ਲੱਖ ਤੱਕ ਕਿੱਲੇ 'ਚੋਂ ਕੱਢਦੇ ਨੇ, ਤੇ ਸਾਡੇ ਇੱਥੇ 60,000 ਕੱਢਦੇ ਹਾਂ ਅਸੀਂ ਇਹਨਾਂ ਦੋ ਫਸਲਾਂ ਨੂੰ ਸਾਹਮਣੇ ਰੱਖ ਕੇ, ਜਾਂ ਮੈਕਸੀਮਮ 70,000 ਕਿੱਲੇ ਮਗਰ। ਅਸੀਂ ਕਿਉਂ ਨਹੀਂ ਸੋਚਦੇ ਇਹਨਾਂ ਗੱਲਾਂ ਪਾਸੇ? ਪਰ ਗੱਲ ਕੀ ਹੈ ਨਾ, ਆਲੇ ਦੁਆਲੇ ਵਾਲੇ ਲੋਕ ਫਾਲੋ ਨਹੀਂ ਕਰਦੇ। ਕਦੇ ਕਦੇ ਕੋਈ ਵਕਤ ਬਣਦਾ ਜੀ, ਨਹੀਂ ਨਹੀਂ ਕਦੇ ਕਦੇ ਨਾ ਕੋਈ ਵਕਤ ਬਣਦਾ। ਇਹ ਕਿਸਾਨ ਅੰਦੋਲਨ ਨੇ ਇੱਕ ਅਜਿਹੀ ਚੀਜ਼ ਕ੍ਰੀਏਟ ਕਰਤੀ ਹੈ, ਮੈਂ ਇਹਨੂੰ ਕੁਦਰਤ ਦਾ ਵਰਤਾਰਾ ਕਿਉਂ ਆਣਾ, ਕਿ ਇਹਦੇ ਨਾਲ ਸਾਨੂੰ ਮਿਲ ਕੁਛ ਨਹੀਂ ਰਿਹਾ ਡਾਇਰੈਕਟਲੀ, ਪਰ ਇੱਕ ਅਜਿਹੀ ਚੀਜ਼ ਮਿਲ ਰਹੀ ਹੈ ਜਿਹਦਾ ਕੋਈ ਮੁੱਲ ਹੀ ਨਹੀਂ, ਜਾਗਰਤੀ। ਅਸੀਂ ਜਾਗਰਤ ਹੋ ਰਹੇ ਹਾਂ। ਅੱਜ ਸਾਡੇ ਬੱਚੇ ਉਹ ਗੱਲਾਂ ਕਰਨ ਲੱਗ ਗਏ ਜਿਹੜੀਆਂ ਗੱਲਾਂ ਇਹ ਨਹੀਂ ਕਰਦੇ ਸੀ। ਅੱਜ ਅਸੀਂ ਉਹਨਾਂ ਮੁੱਦਿਆਂ ਨੂੰ ਡਿਸਕਸ ਕਰਨ ਲੱਗ ਗਏ, ਅੱਜ ਅਸੀਂ ਘੇਰ ਕੇ ਪੁੱਛਣ ਲੱਗ ਗਏ ਕੀ ਹੁੰਦਾ ਨਾ। ਬਟ ਮੇਰਾ ਇਹਦੇ 'ਚ ਇੱਕੋ ਹੀ ਗੁਜ਼ਾਰਿਸ਼ ਹੈ ਕਿ ਤੁਸੀਂ ਪੁੱਛੋ, ਇਹਨਾਂ ਤੋਂ ਪੁੱਛੋ, ਪਰ ਸਭ ਤੋਂ ਪਹਿਲਾਂ ਆਪਣੇ ਆਪ ਤੋਂ ਜ਼ਰੂਰ ਪੁੱਛੋ। ਸੁਧਾਰ ਸਰ ਸਭ ਤੋਂ ਪਹਿਲਾਂ ਆਪਦੇ ਆਪ ਤੋਂ ਸ਼ੁਰੂ ਹੁੰਦਾ ਹੈ। ਅਸੀਂ ਕੀ ਕਰ ਰਹੇ ਹਾਂ? ਕੀ ਮੈਂ ਸਹੀ ਹਾਂ? ਕੀ ਮੈਂ ਸਹੀ ਹਾਂ? ਮੇਰਾ ਬੱਚਾ ਸਹੀ ਹੈ? ਮੇਰੇ ਘਰ ਦੇ ਸਹੀ ਨੇ? ਮੇਰਾ ਪਿੰਡ ਸਹੀ ਹੈ? ਮੇਰਾ ਇਲਾਕਾ ਸਹੀ ਹੈ? ਮੇਰਾ ਕੌਂਸਟੀਟਿਊਂਸੀ, ਫਿਰ ਮੇਰਾ ਪੰਜਾਬ, ਫਿਰ ਦੇਸ਼, ਫਿਰ ਦੁਨੀਆ। ਪਹਿਲਾਂ ਸੁਧਾਰ ਐਂ ਸ਼ੁਰੂ ਹੁੰਦਾ ਹੈ। ਇਹਦੇ ਤੇ ਜੇ ਅਸੀਂ ਪੂਰੀ ਇਮਾਨਦਾਰੀ ਨਾਲ ਕੰਮ ਕਰਨਾ ਸ਼ੁਰੂ ਕਰਤਾ ਨਾ, ਤੁਸੀਂ ਬਲੀਵ ਕਰਿਓ ਜੇ ਇਹ ਜੋ ਉਪਜਾਊ ਔਰ ਇਹ ਲੋਕ ਹੈ ਨਾ ਜਿਹੋ ਜੇ, ਇਹ ਪਹਿਲਾਂ ਅਣਗਹਿਲ ਰਹਿੰਦੇ ਨੇ, ਪਰ ਜਦੋਂ ਇਹ ਲੱਗ ਜਾਂਦੇ ਨੇ ਨਾ ਪਿੱਛੇ, ਫਿਰ ਇਹ ਤਸੱਲੀ ਵੀ ਕਰਾ ਦਿੰਦੇ ਨੇ, ਤੁਸੀਂ ਵੀ ਸਾਡੇ ਚੋਂ ਹੋ, ਬਾਹਰ ਜਾ ਕੇ ਤਸੱਲੀਆਂ ਕਰਾਈਆਂ ਤੁਸੀਂ, ਜਿਵੇਂ ਕੰਮ ਕਰਦੇ ਹੋ, ਜਿਵੇਂ ਤੁਸੀਂ ਕੋਠੀਆਂ ਤੁਹਾਡੇ ਖੱਬੇ ਸੱਜੇ ਵਾਲੇ ਵੇਖ ਕੇ ਗੋਰੇ ਵੀ ਹੈਰਾਨ ਹੋ ਜਾਂਦੇ ਨੇ ਕਿਵੇਂ ਪਾ ਗਏ। ਇਹੀ ਕੰਮ ਇਸ ਦੇਸ਼ ਦੇ ਲੋਕ, ਇਸ ਸਟੇਟ ਦੇ ਲੋਕ ਵੀ ਕਰ ਸਕਦੇ ਨੇ, ਸਿਰਫ ਉਹਨਾਂ ਨੂੰ ਸਿੱਧੇ ਪਾਸੇ ਲਾਉਣ ਦੀ ਲੋੜ ਹੈ। ਅੱਜ ਅਸੀਂ ਇਹੀ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੇ ਏਜੰਡਿਆਂ ਨੂੰ ਅਸਲ 'ਚ ਪੰਜਾਬ ਦੇ ਏਜੰਡੇ ਬਣਾ ਕੇ ਸਾਹਮਣੇ ਲਿਆਂਦਾ ਜਾਵੇ, ਜਿਹਨਾਂ ਨੂੰ ਇਹ ਪਾਰਟੀਆਂ, ਜਿਹਨਾਂ ਨੂੰ ਸਾਡੇ ਪੰਜਾਬ ਦੇ ਲੋਕ ਅਪਣਾਉਣ, ਤੇ ਉਹਦੇ ਨਾਲ ਅਸੀਂ ਇਹਨੂੰ ਬਿਹਤਰ ਕਰ ਸਕੀਏ। ਜਿਹੜਾ ਪਾਣੀ ਥੱਲੇ ਜਾਣਾ ਹੋਵੇ, ਜ਼ਮੀਨ ਦਾ ਖਰਾਬ ਹੋਣਾ ਹੋਵੇ, ਤੁਸੀਂ ਪਾਣੀ ਛੱਡੋ। ਜੋ ਅਸੀਂ ਆ ਪਾ ਪਾ ਕੇ ਰਹੀਆਂ ਸਪਰੇਆਂ, ਜ਼ਮੀਨ ਸਾਡੀ, ਸਾਡੇ ਮੁੰਡੇ ਨਹੀਂ ਨਸ਼ੇ ਤੇ ਲੱਗੇ, ਅਸੀਂ ਜ਼ਮੀਨ ਵੀ ਨਸ਼ੇ ਤੇ ਲਾ ਲਈ ਹੈ। ਮੈਂ ਇੱਥੇ ਆਉਣ ਲੱਗਾ, ਇੱਥੇ ਆਉਣ ਲੱਗਾ, ਪਰ ਆਪਾਂ ਨੂੰ ਲਾਸਟ ਬ੍ਰੇਕ ਲਈ ਰੁਕਣਾ ਪੈ ਰਿਹਾ। ਦਰਸ਼ਕੋ, ਸਾਡੇ ਨਾਲ ਬਣੇ ਮਾਣਯੋਗ ਅਮਿਤ ਉਜ਼ਮਾਨ ਜੀ, ਬਹੁਤ ਵਧੀਆ, ਬਹੁਤ ਵਧੀਆ ਤਰੀਕੇ ਨਾਲ ਅਸੀਂ ਇਹਨਾਂ ਨੂੰ ਕਿਉਂ ਲੈ ਕੇ ਆਉਂਦਾ, ਵਾਰ ਵਾਰ ਮੈਂ ਕਹਿ ਰਿਹਾ, ਕਿਉਂਕਿ ਲੋਕਾਂ 'ਚ ਵਿਚਰ ਰਹੇ ਨੇ, ਜ਼ਮੀਨੀ ਧਰਾਤਲ ਦੀ ਸੱਚਾਈ ਆਪਣੇ ਸਾਹਮਣੇ ਲੈ ਕੇ ਆ ਰਹੇ ਨੇ। ਆਪਾਂ ਰੁਕਣਾ ਪੈ ਰਿਹਾ, ਛੋਟੀ ਜਿਹੀ ਬ੍ਰੇਕ ਲਈ, ਇੱਦਾਂ ਬਣੇ ਰਹੋ ਜਸ ਪੰਜਾਬੀ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੈਟਫਾਰਮ ਜਸ ਪੰਜਾਬੀ ਦੇ ਮੰਚ ਤੋਂ। ਆਪਣੇ ਨਾਲ ਬਣੇ ਹੋਏ ਨੇ ਮਾਣਯੋਗ ਅਮਿਤ ਉਜ਼ਮਾਨ ਜੀ। ਮਾਨ ਸਾਹਿਬ, ਆਪਾਂ ਗੱਲ ਕਰ ਰਹੇ ਸੀਗੇ ਕਿ ਘੱਟ ਪਾਣੀ ਦੇ ਨਾਲ ਨਾਲ ਤੁਸੀਂ ਬਹੁਤ ਸੋਹਣਾ ਲੈਬਰੇਟ ਕਰ ਰਹੇ ਸੀਗੇ ਕਿ ਤੁਸੀਂ ਕਹਿ ਰਹੇ ਹੋ ਘੱਟ ਸਪਰੇਆਂ ਅਤੇ ਰਿਹਾਂ ਵਾਲੀ ਜਿਹੜੀ ਆ ਫਸਲ ਉਹ ਬੀਜੀ ਜਾ, ਅਤੇ ਨਾਲ ਨਾਲ ਤੁਸੀਂ ਲੋਕਾਂ 'ਚ ਵਿਚਰਦੇ ਹੋ। ਛੋਟਾ ਜਿਹਾ ਜੇ ਪਰਿਵਾਰ 'ਚ ਇੱਕ ਬੰਦਾ ਕੋਈ ਇੱਦਾਂ ਦਾ ਹੋਵੇ ਤਾਂ ਪੂਰੇ ਪਰਿਵਾਰ ਨੂੰ ਜੋ ਹੈ ਬਦਨਾਮੀ ਸਹਿਣੀ ਪੈਂਦੀ ਹੈ। ਬਹੁਤ ਵੱਡਾ ਪਰਸੈਂਟੇਜ ਆਪਣੇ ਯੂਥ ਜਾਂ ਹੋਰ ਨਹੀਂ ਲੈਂਦਾ ਡਰੱਗ, ਇਹ ਪ੍ਰੂਵ ਕਰ ਚੁੱਕਾ ਅੰਦੋਲਨ ਨੇ, ਬਹੁਤ ਕੁਛ ਪ੍ਰੂਵ ਕੀਤਾ। ਪਰ ਜੇ ਕੋਈ ਵਰਗ ਇੱਕ ਛੋਟੀ ਪਰਸੈਂਟੇਜ ਜੇ ਉਹਦੇ ਵਿੱਚੋਂ ਲੈਂਦੀ ਵੀ ਆ, ਤਾਂ ਤੁਸੀਂ ਲੋਕਾਂ 'ਚ ਵਿਚਰਦੇ ਇੱਕ ਘੱਟ ਰਿਹਾਂ ਵਾਲੀਆਂ ਫਸਲਾਂ, ਅਤੇ ਇੱਕ ਜਿਹੜਾ ਯੂਥ ਨੂੰ ਡਰੱਗਸ ਤੋਂ ਬਾਹਰ ਕਿੱਦਾਂ ਰੱਖਣਾ ਆ, ਕੋਈ ਵਰਕਸ਼ਾਪ ਜਾਂ ਕਿੱਦਾਂ, ਜਿੱਦਾਂ ਤੁਸੀਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਕੱਠੇ ਹੋਏ ਸੀਗੇ, ਕਿਤੇ ਮਹੀਨੇ 'ਚ ਕਿਸੇ ਪਿੰਡ 'ਚ ਇੱਕ ਵਾਰ ਵੀ ਲੱਗ ਜੇ, ਜੇ 10 'ਚੋਂ ਇੱਕ ਬੰਦਾ ਇੱਕ ਬੱਚਾ ਜੇ ਬਚ ਗਿਆ, ਤਾਂ ਮੇਰੇ ਖਿਆਲ ਨਹੀਂ ਇੱਦੂ ਵੱਡਾ ਪੁੰਨ ਕੋਈ ਹੋਰ ਹੋਊਗਾ। ਕੀ ਕਹਿਣਾ ਚਾਹੋਗੇ ਜੀ? ਇਹ 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 ਤਾਂ ਸਾਨੂੰ ਇੱਕ ਤਾਂ ਗੁਰਲਾਲ ਜੀ ਇਹਦਾ ਬੁਰਾ ਨਹੀਂ ਮੰਨਣਾ ਚਾਹੀਦਾ ਜੇ ਕੋਈ ਕਹਿੰਦਾ ਕਿ ਸਾਡੇ ਮੁੰਡੇ ਇਹ ਲੈਂਦੇ ਨੇ। ਦੇਖੋ, ਕਿਸੇ ਵੀ ਬਿਮਾਰੀ ਦਾ ਜਿੰਨਾ ਚਿਰ ਅਸੀਂ ਡਾਇਗਨੋਸ ਸਹੀ ਨਹੀਂ ਕਰਾਂਗੇ, ਉਹ ਬਿਮਾਰੀ ਦਾ ਹੱਲ ਨਹੀਂ ਹੋਣਾ ਗਾ। ਔਰ ਐਕਸੈਪਟ ਕਰਨ 'ਚ ਕੋਈ ਗਲਤ ਗੱਲ ਨਹੀਂ ਹੁੰਦੀ। ਸਾਡੇ ਪਿੰਡਾਂ 'ਚ ਮੁੰਡੇ ਲੈ ਰਹੇ ਨੇ, ਔਰ ਮੈਂ ਤੁਹਾਨੂੰ ਇੱਕ ਹੋਰ ਜਿਹੜੀ ਦੁੱਖ ਦੀ ਗੱਲ ਹੈ ਕਿ ਪਿਛਲੇ 1.5-2 ਮਹੀਨਿਆਂ 'ਚ ਵਧਿਆ ਮਾਮਲਾ। ਵਧਿਆ ਕਿਉਂ ਹੈ? ਕਿਉਂਕਿ ਖੁੱਲ੍ਹਾ ਛੱਡ ਦਿੱਤਾ ਗਿਆ। ਖੁੱਲ੍ਹਾ ਕਿਵੇਂ ਛੱਡ ਦਿੱਤਾ ਗਿਆ? ਅੱਜ ਮੇਰੇ
कजन आए पिंड तो, मैं होर जो चार पांच थावी गया तो पता मैनू लग्या कि पिंडां दे विच थानेदार होण, SSP होण, जां पिंडां दी उह लोक शरेआम वेच रहे ने अज बैठ के। तुहानू पता हुंदा साडे पिंड दा बंदा वेच रहा है, पिंड पंचायत कट्ठी होके भी जांदी है, पिंड वाले जांदे ने पुलिस स्टेशन, कोई नहीं उन्हां नू फड़न आउंदा। ये फड़ के लै भी गए नाल दी नाल वापस आउंदे ने, और उन्हां दे घरे गड्डियां दीआं लाइनां लग्गियां रहिंदे ने खरीदण आ जांदियां। मतलब एक एडमिनिस्ट्रेशन ते खुल के गैर कानूनी काम हो रहा है, शरेआम कोई उन्होंने रोकने वाला नहीं गा। मैं सिर्फ इन्नी गल कह रहा कि जो असी वेख रहे, साडियां अखां वेख रही हैं कि MLA ਇਹ ਜਿਹੜੇ ਸਾਡੇ ਲੋਕਾਂ ਚ ਆ ਕੇ ਹੁਣ ਦੁਬਾਰਾ ਆਉਣਗੇ 2 ਮਹੀਨਿਆਂ ਚ ਵੋਟਾਂ ਮੰਗਣ, ਕੀ ਅਸੀਂ ਇਹਨਾਂ ਤੋਂ ਪੁੱਛਾਂਗੇ? ਕੀ ਅਸੀਂ ਇਹਨਾਂ ਤੋਂ ਪੁੱਛਾਂਗੇ ਕਿ ਭਾਈ ਇਹ ਫਾਈਨਲੀ ਪੈਸੇ ਤਾਂ ਤੇਰੇ ਰਾਹੀਂ ਤਾਂ ਤੱਕ ਜਾਂਦੇ ਸੀ, ਇਹਨਾਂ ਨੂੰ ਤੂੰ ਕਿਉਂ ਖੁੱਲਾ ਛੱਡਿਆ? ਤੂੰ ਸਾਡੀ ਬਰਬਾਦੀ ਕਿਉਂ ਕੀਤੀ? ਗੁਰਲਾਲ ਜੀ, ਮੈਂ ਤੁਹਾਨੂੰ ਫਿਰ ਵਾਰ ਵਾਰ ਇੱਕੋ ਹੀ ਗੱਲ ਕਹੂੰਗਾ, ਜੇ ਅਸੀਂ ਸਹੀ ਹੋ ਗਏ ਨਾ, ਮੈਨੂੰ ਇੱਥੇ ਸੀ, ਮੇਰੇ ਨਾਲ ਲੱਖਾ ਸੀ, ਅਸੀਂ ਸੀ ਇੱਥੇ ਇੱਕ ਜਗ੍ਹਾ ਸੀਗੇ, ਲੋਕ ਸਾਹਮਣੇ ਬਹਿ ਕੇ ਪੁੱਛਣ ਲੱਗ ਗਏ ਕਿ ਬਾਈ ਜੀ ਦੱਸੋ ਆਲਟਰਨੇਟਿਵ ਕੀ ਹੈ, ਕਰੀਏ ਕੀ ਹੈ, ਅਸੀਂ ਕੀ ਕਰੀਏ ਅਸੀਂ? ਤਾਂ ਮੈਨੂੰ ਉਹ ਲੱਖਾਂ ਦਾ ਵੀ ਇਹ ਤਾਂ ਬਾਈ ਦੱਸੂਗਾ, ਸਾਰਿਆਂ ਦੀ ਇਹ ਦੱਸਣਗੇ। ਮੈਂ ਕਿਹਾ ਮੈਂ ਤੁਹਾਨੂੰ ਇੰਨੀ ਕੁ ਗੱਲ ਦੱਸਣਾ, ਕੋਈ ਬਾਹਲੀ ਲੰਬੀ ਚੌੜੀ ਦੱਸਣ ਵਾਲੀ ਗੱਲ ਨਹੀਂ, ਜਿਵੇਂ ਜੌਹਲ ਸਾਹਿਬ ਨੇ ਕਹੀ ਸੀ ਗੱਲ ਤੁਹਾਨੂੰ ਕਿ ਮੈਨੂੰ ਚੁਣ ਲਓ ਮੈਂ ਖਰਾਬ ਹੋ ਗਿਆ, ਫਿਰ ਤੁਹਾਨੂੰ ਚੁਣ ਲਓ ਤੁਸੀਂ ਖਰਾਬ ਹੋ ਗਏ, ਫਿਰ ਇੱਕੋ ਕੰਮ ਕਰੋ, ਚੁਣਨ ਵਾਲਾ ਸਹੀ ਹੋ ਜਾਓ ਬਸ। ਅੱਜ ਤੁਹਾਡੇ ਦੇਸ਼ਾਂ ਚ ਚੁਣਨ ਵਾਲੇ ਸਹੀ ਨੇ, ਜਦੋਂ ਅਸੀਂ ਸਹੀ ਹੋ ਗਏ। ਇਹ ਗਲਤ ਕੌਣ ਕਰ ਰਿਹਾ ਹੈ? ਇਹ ਉੱਪਰੋਂ ਆ ਕੇ ਗਲਤ ਤਾਂ ਨਹੀਂ ਹੋ ਰਿਹਾ, ਇਹ ਸਾਡੇ ਲੋਕ ਗਲਤ ਕਰ ਰਹੇ ਨੇ, ਸਾਨੂੰ ਪਤਾ ਵੀ ਹੈ। ਅਸੀਂ ਇਹਨਾਂ ਨੂੰ ਪਨਿਸ਼ ਕਿਉਂ ਨਹੀਂ ਕਰਦੇ? ਪਨਿਸ਼ ਕਿਵੇਂ ਹੁੰਦਾ? ਉਹਨਾਂ ਦੇ ਕੋਈ ਡਾਂਗ ਨਹੀਂ ਸਿਰ ਚ ਮਾਰਨੀ ਹੁੰਦੀ। ਤੁਸੀਂ ਪਿੰਡ ਵਾਲੇ ਇਕੱਠੇ ਹੋ ਜਾਓ ਸਾਰੇ ਸਾਰੇ, ਤੁਸੀਂ ਗੱਲ ਵੋਟ ਨਹੀਂ ਪਾਉਣੀ, ਮਾਨ ਸਾਹਿਬ ਗੱਲ ਜਾਗਰੂਕਤਾ ਤੇ ਆ ਜਾਂਦੀ ਹੈ। ਗੱਲ ਉੱਥੇ ਹੈ, ਇਹਨਾਂ ਨੂੰ ਆਪਾਂ ਸਰ ਚਾਰ ਲੋਕ ਇਕੱਠੇ ਹੋ ਕੇ ਚਲੇ ਜਾਵਾਂਗੇ, ਤੁਹਾਡਾ ਮੀਡੀਆ ਲਾਈਵ ਕਰ ਦੂਗਾ, ਉੱਥੇ ਇੱਕ ਪਿੰਡ 'ਚ ਮਸਲਾ ਸਹੀ ਹੋ ਜੂ, ਦੂਜੇ 'ਚ ਹੋ ਜੂ, ਇੱਕ ਮਹੀਨੇ ਲਈ ਸਹੀ ਹੋ ਜੂ, ਫਿਰ ਕਿਵੇਂ ਹੋਊਗਾ ਸਹੀ? ਫਿਰ ਕਿਵੇਂ ਹੋਊਗਾ? ਸਹੀ ਗੱਲ ਹੈ। ਇਹਨੂੰ ਅਗਰ ਸਥਾਈ ਸਹੀ ਕਰਨਾ ਹੈ ਤੇ ਇਹਨੂੰ ਸਹੀ ਪਾਸੇ ਲਾਉਣਾ ਹੈ, ਸਾਡੇ ਲੋਕਾਂ ਨੂੰ ਜਾਗਰੂਕ ਹੋਣਾ ਪਊ। ਸਾਡਾ ਕੋਈ ਪੰਜਾਬ ਐਡਾ ਜ਼ਿਆਦਾ ਵੱਡਾ ਪ੍ਰਦੇਸ਼ ਨਹੀਂ ਗਾ, ਸਾਡੇ ਪਿੰਡ ਇੰਨੇ ਹੁਣ ਉਹ ਰਿਮੋਟ ਏਰੀਏ ਵਾਲੇ ਨਹੀਂ ਰਹਿ ਗਏ। ਆ ਤੁਹਾਡਾ ਆ ਤੁਹਾਡੇ ਚੈਨਲ ਵੀ ਉੱਥੇ ਪਿੰਡਾਂ ਪਿੰਡੀ ਜਾਂਦੇ ਨੇ, ਹਰ ਚੀਜ਼ ਆ ਜੋ ਬੈਠੀ ਦੁਨੀਆ ਉਹਨਾਂ ਦੇ ਹੱਥਾਂ 'ਚ ਹੈ। ਸਿਰਫ ਸਾਨੂੰ ਬੋਲਣਾ ਪਊਗਾ, ਔਰ ਬੋਲਣ ਉਹ ਲੋਕ ਜਿਹਨਾਂ ਦੀ ਨੀਅਤ ਸਾਫ਼ ਹੈ, ਨਿਰਸਵਾਰਥ ਹੋ ਕੇ, ਔਰ ਜਿਹਨਾਂ ਦਾ ਟਰੈਕ ਰਿਕਾਰਡ ਸਹੀ ਹੈ। ਪਹਿਲਾਂ ਇਹ ਦੋ ਚੀਜ਼ਾਂ ਨੂੰ ਸਾਹਮਣੇ ਰੱਖ ਕੇ ਅਸੀਂ ਅਗਰ ਉਹਨਾਂ 'ਚ ਜਾਵਾਂਗੇ, ਉਹਨਾਂ ਨਾਲ ਵਾਰ ਵਾਰ ਅੰਗੇਜ ਹੋਵਾਂਗੇ। ਨਿਤਨੇਮ ਕਿਉਂ ਹੈ ਗੁਰਲਾਲ ਜੀ? ਜਪਜੀ ਸਾਹਿਬ ਅਸੀਂ ਪੜ੍ਹ ਲਈਏ, ਸਾਨੂੰ ਕੰਠ ਵੀ ਹੈ ਲੋਕਾਂ ਨੂੰ। ਨਿਤਨੇਮ ਦਾ ਮਤਲਬ ਕੀ ਹੁੰਦਾ ਹੈ? ਕਿ ਇਹ ਬੰਦੇ ਦੀ ਜ਼ਾਤ ਇਹੋ ਜਿਹੀ ਹੈ, ਅਸੀਂ ਭੁੱਲ ਜਾਂਦੇ ਹਾਂ। ਸਾਨੂੰ ਵਾਰ ਵਾਰ ਯਾਦ ਦਿਲਾਉਣਾ ਕਿ ਤੂੰ ਕੌਣ ਹੈ, ਤੂੰ ਕਿੱਥੋਂ ਆਇਆ, ਤੂੰ ਕਿੱਥੇ ਜਾਣਾ, ਦੁਨੀਆ ਤੂੰ ਅਸਲ 'ਚ ਕੀ ਹੈ, ਜ਼ਮੀਰ ਕੀ ਹੈ, ਆਤਮਾ ਕੀ ਹੈ, ਕੀ ਐਂ ਸਾਨੂੰ ਇਹਨਾਂ ਲੋਕਾਂ ਨੂੰ ਵਾਰ ਵਾਰ ਨਹੀਂ ਕਹਿਣਾ ਪਊਗਾ ਕਿ ਆਹ ਗਲਤ ਕਰ ਰਹੇ ਹੋ, ਆਹ ਗਲਤ ਨਾ ਕਰੋ, ਇਹਦੇ ਨੁਕਸਾਨ ਤੁਸੀਂ ਵੇਖ ਚੁੱਕੇ ਹੋ ਔਰ ਵੇਖ ਰਹੇ ਹੋ, ਔਰ ਅੱਗੇ ਤਾਂ ਅਜਿਹਾ ਆ ਰਿਹਾ ਜੇ ਐਂ ਚੱਲਦੇ ਰਹੇ। ਮੈਂ ਤੁਹਾਨੂੰ ਦੱਸਾਂ, ਤੁਹਾਨੂੰ ਜੌਹਲ ਸਾਹਿਬ ਨੇ ਵੀ ਕਿਹਾ ਹੋਣਾ 2024 ਜਾਂ 2025 ਅਸੀਂ ਬੰਜਰ ਬਣਾ ਦਿੱਤੀ ਹੈ ਤੇ ਬਣਾ ਦਿਆਂਗੇ, ਬਚੀ ਖੁਚੀ ਕੱਖ ਨਹੀਂ ਬਚਣਾ ਇੱਥੇ, ਮਾਨ ਸਾਹਿਬ ਆਪਣੇ ਕੋਲ ਕੱਖ ਨਹੀਂ ਬਚਣਾ ਇੱਥੇ। ਸਿਰਫ 3 ਜੇ ਅਸੀਂ ਨਾ ਸੁਧਰੇ ਨਾ ਸੁਧਰੇ ਤਾਂ ਤੁਸੀਂ ਬਹੁਤ ਸੋਹਣਾ ਲੈਬਰੇਟ ਇਦਾਂ ਹੀ ਤੁਸੀਂ, ਅਸੀਂ ਆਪਦੇ ਮੰਚ ਤੋਂ ਜ਼ਰੂਰ ਆਵਾਜ਼ ਚੁੱਕਦੇ ਰਹੋਗੇ, ਤੁਸੀਂ ਜਿੱਦਾਂ ਹਰ ਥਾਂ ਚੁੱਕਦੇ ਹੋ ਕਿਸਾਨ ਅੰਦੋਲਨ 'ਤੇ, ਪੰਜਾਬ ਯੂਨੀਵਰਸਿਟੀ ਪਿੰਡਾਂ 'ਚ ਜਾ ਕੇ ਚੁੱਕਦੇ ਰਿਹੋ ਤਾਂ ਕਿ ਜੇ 100 ਚੋਂ 1%, 2%, 3% ਵੀ ਕੁਛ ਬਚ ਗਿਆ ਤਾਂ ਮੇਰੇ ਖਿਆਲ ਨਹੀਂ ਇਦੋਂ ਵੱਡਾ ਕੋਈ ਪੁੰਨ ਹੋਊਗਾ। ਗੁਰਲਾਲ ਜੀ, ਮੈਂ ਤੁਹਾਨੂੰ ਵਿੱਚ ਰੋਕ ਕੇ ਇੱਕ ਗੱਲ ਕਹੂੰਗਾ ਕਿ ਇਹ ਕਈ ਵਾਰੀ ਕੀ ਹੁੰਦਾ ਨਾ, ਅਸੀਂ ਸੋਚ ਰਹੇ ਨੇ ਕਿ ਰਾਜਨੀਤਿਕ ਲੈਵਲ 'ਤੇ ਜਾਂ ਪਿੰਡਾਂ 'ਚ ਜਾ ਕੇ, ਮੈਂ ਤੁਹਾਨੂੰ ਕਹਾਂ ਜਿਹੜਾ ਵੀ ਅਸੀਂ ਕੰਮ ਕਰ ਰਹੇ ਹਾਂ ਆਪਦੇ ਕੰਮ 'ਚ ਬੈਠ ਕੇ ਵੀ ਅਸੀਂ ਇਸ ਪਾਸੇ ਗੱਲ ਕਰਾਂਗੇ ਤਾਂ ਉਹ ਵੀ ਕੰਟਰੀਬਿਊਸ਼ਨ ਉਸੇ ਲੈਵਲ 'ਤੇ ਹੁੰਦੀ ਹੈ। ਅਸੀਂ ਫਿਲਮਾਂ ਬਣਾ ਰਹੇ ਸੀ, ਮੈਂ ਹਵਾਏ ਬਣਾਈ, ਮੈਂ ਕਾਫਲਾ ਬਣਾਈ ਜਾਂ ਗਦਾਰ ਬਣਾਈ, ਉਹ ਵੀ ਸੋਸਾਇਟੀ ਨੂੰ ਸਾਹਮਣੇ ਰੱਖ ਕੇ ਜੇ ਆਪਾਂ ਕਰੀ, ਜਿਵੇਂ ਤੁਸੀਂ ਆਹ ਪ੍ਰੋਗਰਾਮ ਕਰ ਰਹੇ ਹੋ, ਇਹ ਤੁਹਾਡਾ ਡਿਊਟੀ ਵੀ ਹੈ, ਤੁਹਾਡੀ ਰੋਜ਼ਮਰਾ ਦੀ ਰੋਜ਼ੀ ਵੀ ਕਮਾਈ ਵੀ ਹੈ, ਲੇਕਿਨ ਨਾਲ ਨਾਲ ਤੁਸੀਂ ਇਹਦੇ ਨਾਲ ਸਮਾਜ ਨੂੰ, ਸੋਸਾਇਟੀ ਨੂੰ ਕੁਛ ਦੇ ਵੀ ਰਹੇ ਹੋ।
ਮਾਨ ਸਾਹਿਬ ਸਾਨੂੰ ਥੋੜਾ ਜਿਹਾ ਇਹ ਸੋਚਣਾ ਪਊਗਾ। 45-46 ਸਾਲਾਂ ਦੀ ਉਮਰ ਹੈ, ਅੱਗੇ ਬੋਨਸ ਤੇ ਹੁੰਦਾ ਬੰਦਾ, ਜੇ ਸਮਾਜ ਤੋਂ ਬਹੁਤ ਕੁਛ ਲਿਆ, ਜੇ ਆਹ ਕੁਛ ਕਰਕੇ ਕੁਛ ਵੀ ਸਮਾਜ ਲਈ ਕਰ ਸਕੇ ਤਾਂ ਭਾਗਿਆਸ਼ਾਲੀ ਹੋਵਾਂਗੇ। ਅਖੀਰਲੇ 2-3 ਮਿੰਟ ਰਹੇ ਨੇ, ਮੈਂ ਦੋ ਕੁਐਸਚਨ ਕੰਬਾਈਨ ਕਰੂੰਗਾ, 2-3 ਮਿੰਟਾਂ 'ਚ ਤੁਸੀਂ ਕੰਕਲੂਡ ਕਰਿਓ। ਇੱਕ, NRI ਕੀ ਕਰ ਸਕਦੇ ਮਰਿਆਦਾ 'ਚ, ਕਿਉਂਕਿ ਉਹ ਸਾਡਾ ਬਿਊਟੀਫੁਲ ਭਾਰਤ ਵਰਸ਼ ਆ, ਉਹ ਖਿਲਦਾ, ਉਹ ਕਮਲ ਜਿਹੜਾ ਖਿਲਿਆ ਰਹੇ, ਕਮਲ ਦਾ ਮਤਲਬ ਭਾਰਤੀ ਜਨਤਾ ਪਾਰਟੀ ਨਹੀਂ, ਮਤਲਬ ਉਹ ਫੁਲਵਾੜੀ ਜਿਹੜੀ ਬਣੀ ਰਹੇ, ਅਸੀਂ ਮਰਿਆਦਾ 'ਚ ਰਹਿ ਕੇ ਕੀ ਕਰ ਸਕਦੇ ਹਾਂ ਆਪਣੇ ਮੰਚ ਤੋਂ ਬਾਅਦ, ਤਾਂ ਹੋਰ ਕੀ ਕਰ ਸਕਦੇ ਦੱਸਿਓ। ਦੂਸਰਾ ਮੇਰਾ ਲਾਸਟ ਕੁਐਸਚਨ ਹੈ, ਇਹਨਾਂ ਸਾਰਿਆਂ ਤੋਂ ਉੱਪਰ ਪਾਸੇ ਰੱਖ ਕੇ, ਮੇਰੇ ਖਿਆਲ ਨਹੀਂ ਦਲੀਪ ਕੁਮਾਰ ਸਾਹਿਬ ਆਪਾਂ ਨੂੰ ਛੱਡ ਕੇ ਚਲੇ ਗਏ, ਉਮਰ ਸੀ, ਬੰਦਾ ਮਿਸ ਕਰਦਾ ਆ, ਘਰੋਂ ਜਿੰਨਾ ਮਰਜ਼ੀ ਬਜ਼ੁਰਗ ਹੋ ਕੇ ਬੰਦਾ ਗਿਆ ਹੋਵੇ, ਬੜਾ ਮਾਣ ਸੀ, ਉਹ ਪੰਜਾਬੀਅਤ ਨੂੰ ਬਹੁਤ ਪਿਆਰ ਕਰਦੇ ਸੀ, ਤੁਸੀਂ ਉਹਨਾਂ ਦੇ ਬਹੁਤ ਕਲੋਜ਼ ਸੀ, ਕਦੇ ਬੈਠ ਕੇ ਗੱਲ ਹੋਈ ਉਹਨਾਂ ਨਾਲ, ਅਤੇ ਕੀ ਉਹਨਾਂ ਨੇ ਦਰਦ ਕੀ ਇਸੇ ਗੱਲ ਦਾ ਕਦੇ ਮਹਿਸੂਸ ਕੀਤਾ, ਇਹ ਅਤੇ ਅਸੀਂ NRI ਕੀ ਕਰ ਸਕਦੇ ਹਾਂ। 2-3 ਮਿੰਟ ਦਾ, 2 ਮਿੰਟਾਂ ਦਾ ਰਹਿ ਗਿਆ ਜੀ। ਦਲੀਪ ਸਾਹਿਬ ਤੋਂ ਮੈਂ ਜੀ ਜੋ ਸਿੱਖਿਆ, ਤੁਸੀਂ ਕਹਿ ਲਓ ਆਪਦੀ ਲਾਈਨ 'ਚ, ਮੈਂ ਉਹਨਾਂ ਤੋਂ ਹੀ ਸਿੱਖਿਆ ਬਹੁਤ ਜ਼ਿਆਦਾ। ਮੈਂ ਥੀਏਟਰ ਵੀ ਕੀਤਾ ਸੀ, ਥੀਏਟਰ ਤੋਂ ਵੀ ਸਿੱਖਦੇ ਹਾਂ, ਬਟ ਮੈਂ ਉਹਨਾਂ ਤੋਂ, ਕਿਉਂਕਿ ਮੇਰਾ 10 ਸਾਲ ਦਾ ਸਾਥ ਸੀ, ਫਿਲਮਾਂ ਤਾਂ ਅਸੀਂ ਇੱਕ ਹੀ ਕੀਤੀ ਸੀਗੀ, ਪਰ ਸਾਥ ਮੇਰਾ 10 ਸਾਲ ਦਾ ਸੀ, ਬਹੁਤ ਸਿੱਖਿਆ। ਔਰ ਬਹੁਤ ਹੀ ਬਹੁ ਪੱਖੀ ਪਰਸਨੈਲਿਟੀ ਸੀਗੇ, ਔਰ 18 ਲੈਂਗੁਏਜ ਜਾਣਦੇ ਸੀ ਉਹ, 18। ਔਰ ਚਾਹੇ ਸਪੋਰਟਸ ਹੋਵੇ, ਵਰਲਡ ਇਕਨੋਮੀ ਹੋਵੇ, ਵਰਲਡ ਪੋਲੀਟਿਕਸ ਹੋਵੇ, ਕਲਾ ਨਾਲ ਤਾਂ ਡੈਫੀਨੇਟਲੀ ਹੈ ਹੀ ਸੀ, ਹਰ ਗੱਲ 'ਤੇ ਬਾਕਮਾਲ, ਤੁਸੀਂ ਕਿਸੇ ਵੀ ਸ਼ੋਭੇ 'ਤੇ ਗੱਲ ਕਰ ਸਕਦੇ ਹੋ, ਔਰ ਹਰ ਚੀਜ਼ ਦਾ ਦੁੱਖ ਵੀ ਰੱਖਦੇ ਸੀ, ਦਰਦ ਵੀ ਰੱਖਦੇ ਸੀ ਜੋ ਸਾਡੇ ਨਾਲ ਹੋਇਆ ਪਹਿਲਾਂ। ਅਤੇ ਇੱਕ ਗੱਲ ਉਹ ਵੀ ਕਹਿੰਦੇ ਸੀ, ਇੱਕ ਗੱਲ ਅਸੀਂ ਹਮੇਸ਼ਾ ਗੱਲ 'ਚੋਂ ਗੱਲ ਨਿਕਲਦੀ ਹੁੰਦੀ ਸੀ ਕਿ ਕੁਰਾਨ 'ਚ ਹੋਵੇ, ਚਾਹੇ ਗੀਤਾ 'ਚ ਹੋਵੇ, ਜਾਂ ਗ੍ਰੰਥ ਸਾਹਿਬ ਸਾਡੇ ਜਪਜੀ ਸਾਹਿਬ ਹੈ, ਅਸੀਂ ਹਰ ਚੀਜ਼ ਨੂੰ ਜਪਜੀ ਸਾਹਿਬ 'ਚ ਅਸੀਂ ਆਉਣੇ ਹੈ, ਹੁਕਮ 'ਚ ਹੈ ਸਾਰਾ ਕੁਛ, ਠੀਕ ਹੈ ਜੀ। ਜੇ ਹੁਕਮ 'ਚ ਹੈ ਤਾਂ ਸਾਨੂੰ ਜੋ ਮਿਲਣਾ ਹੈ ਸ਼ੋਹਰਤ ਵਾਈਜ਼, ਤੁਸੀਂ ਹੁਣੇ ਇੱਕ ਵਾਰ ਵਾਰ ਗੱਲ ਕਹਿ ਰਹੀ ਸੀ ਕਿ ਮੈਂ ਵੀ ਬੰਬੇ ਜਾ ਕੇ ਉਹ ਜਿਹਾ ਕੰਮ ਕਰ ਸਕਦਾ ਸੀ, ਉਹੀ ਫਿਲਮਾਂ ਬਣਾ ਸਕਦਾ ਸੀ, ਕਾਰਨ ਕੀ ਹੈ ਗੁਰਲਾਲ ਜੀ, ਕਿ ਮੇਰੀ ਜ਼ਿੰਦਗੀ 'ਚ ਜੋ ਮੈਨੂੰ ਮਿਲਣਾ ਹੈ ਇਹ ਨਿਸ਼ਚਿਤ ਹੈ, ਹੁਕਮ ਦੇ ਅੰਦਰ ਹੈ ਸਭ ਕੁਛ, ਠੀਕ ਹੈ ਜੀ। ਦੁੱਖ ਔਰ ਸੁੱਖ ਵੀ ਹੁਕਮ ਹੀ ਲਿਖ, ਦੁੱਖ ਸੁੱਖ ਪਾਇਓ, ਦੁੱਖ ਔਰ ਸੁੱਖ ਵੀ ਸਾਡਾ ਹੁਕਮ 'ਚ ਹੈ, ਤਾਂ ਫਿਰ ਅਸੀਂ ਇੰਨਾ ਕਿਉਂ ਤਰਲੋ ਮੱਛੀ ਹੋ ਰਹੇ ਹਾਂ ਕਿ ਮੈਂ ਆਹ ਕੁਛ ਗਲਤ ਕੰਮ ਕਰ ਲਾਂ ਅਤੇ ਮੈਨੂੰ ਆਹ ਮਿਲ ਜੇ। ਮਿਲਣਾ ਉਹੀ ਹੈ, ਮੈਂ ਬੰਦਿਆਂ ਨੂੰ ਕਹਿਣਾ ਚਾਹੂੰਗਾ, ਬੰਦਿਓ ਰੱਬ ਦਿਓ, ਮਿਲਣਾ ਉਹੀ ਹੈ, ਨਾ ਉਸ ਤੋਂ ਘੱਟ ਨਾ ਵੱਧ, ਉਨਾ ਹੀ ਮਿਲਣਾ ਹੈ। ਤਾਂ ਆਪਦੇ ਕਰਮ ਗੰਦੇ ਕਿਉਂ ਕਰੀ ਜਾਂਦੇ ਹੋ, ਜੇ ਰੁਪਇਆ ਤੁਹਾਡੀ ਕਿਸਮਤ 'ਚ ਹੈ, ਰੁਪਇਆ ਹੀ ਮਿਲੂਗਾ, ਕਮੀਨਗੀਆਂ ਜਾਂ ਟੁੱਚਾਗਿਰੀ ਨਾ ਕਰੋ, ਇਮਾਨਦਾਰੀ ਨਾਲ ਉਹਦੇ ਕੋਲੇ ਜਾਣਾ। ਇੱਕ ਤੁਹਾਨੂੰ ਐਂਡ ਦੀ ਗੱਲ ਦੱਸਦਾ, ਬੜੀ ਅੱਛਾ ਨੋਟ ਹੋਊਗਾ। ਹਜ਼ਰਤ ਅਲੀ ਹੋਏ ਨੇ ਮੁਸਲਿਮਸ ਦੇ ਵਿੱਚ, ਔਰ ਹਜ਼ਰਤ ਅਲੀ ਹਮੇਸ਼ਾ ਅੱਲਾ ਅੱਲਾ ਕਰਦੇ ਰਹਿੰਦੇ ਸੀ, ਇਹ ਸ਼ਾਇਦ ਕਰਬਲਾ ਦੀ ਗੱਲ ਹੈ। ਤਾਂ ਉਹਨਾਂ ਕੋਲੇ ਇੱਕ ਬੰਦਾ ਆਇਆ, ਬੜਾ ਬੇਈਮਾਨ ਜਿਹਾ ਬੰਦਾ ਸੀ, ਕਹਿੰਦਾ ਹਜ਼ਰਤ ਅਲੀ ਅੱਲਾ ਅੱਲਾ ਕਰਦੇ ਰਹਿੰਦੇ ਹੋ, ਜਦੋਂ ਕਿਤੇ ਗੁਜ਼ਰੇ ਉੱਪਰ ਗਏ ਕਿ ਅੱਲਾ ਨਾ ਹੋਇਆ ਕੀ ਕਰੂੰਗੇ, ਉਹਦੇ ਮੈਨੂੰ ਅਫਸੋਸ ਹੋਊਗਾ ਕਿ ਅੱਲਾ ਨਹੀਂ ਗਾ। ਪਰ ਉਹਦੀ ਯਾਰ ਇੱਕ ਗੱਲ ਸੁਣ, ਜਦੋਂ ਤੂੰ ਮਰਿਆ, ਜਿਹੋ ਜਿਹੇ ਕੰਮ ਤੂੰ ਕਰਦਾ ਹੈ, ਉੱਪਰ ਗਿਆ ਤੇ ਅੱਲਾ ਹੋਇਆ, ਤੇ ਫਿਰ ਤੂੰ ਦੱਸ ਕੀ ਕਰੇਗਾ। ਸੋ ਇਹਨੂੰ ਯਾਦ ਰੱਖਿਓ, ਜੇ ਆਪਦੀ ਆਤਮਾ ਨੂੰ ਵੀ ਜਵਾਬ ਦੇਣਾ ਹੈ ਤੇ ਉੱਪਰ ਵੀ ਜਾਣਾ ਹੈ, ਜੋ ਕੁਛ ਇਹ ਵੀ ਜਾਣਾ ਹੈ, ਮਿਲਣਾ ਓਨਾ ਹੀ ਹੈ, ਨਾ ਵੱਧ ਨਾ ਘੱਟ, ਕੁਛ ਨਹੀਂ ਹੋਣਾ, ਆਪਦੇ ਕਰਮ ਸੁਧਾਰ ਲਓ, ਕਰਮਾਂ ਦੇ ਨਿਬੇੜੇ ਹੋਣਗੇ। ਬਹੁਤ ਸੋਹਣਾ ਲੈਬਰੇਸ਼ਨ ਕੀਤਾ, ਵਕਤ ਇਜਾਜ਼ਤ ਨਹੀਂ ਦੇ ਰਿਹਾ, ਜੀ ਕਰਦਾ ਲੰਮਾ ਲਿਜਾਈਏ, ਪਰ ਕਿਸ ਦਿਨ ਫਿਰ ਤੁਹਾਡਾ, ਤੁਹਾਨੂੰ ਫਿਰ ਕਿਸ ਦਿਨ ਤਕਲੀਫ ਦੇਵਾਂਗੇ, ਤੁਹਾਨੂੰ ਫਿਰ ਲੈ ਕੇ ਆਵਾਂਗੇ। ਅੱਜ ਤੁਸੀਂ ਟਾਈਮ ਕੱਢਿਆ, ਬਹੁਤ ਸੋਹਣਾ ਲੈਬਰੇਸ਼ਨ ਕੀਤਾ, ਅਰਦਾਸ ਕਰਦੇ ਹਾਂ ਤੁਸੀਂ ਅਤੇ ਤੁਹਾਡਾ ਪਰਿਵਾਰ ਚੜ੍ਹਦੀ ਕਲਾ 'ਚ ਰਹੋ, ਅਤੇ ਇੱਦਾਂ ਹੀ ਸਮਾਜ ਦੇ ਵਿੱਚ ਵਿਚਰਦੇ ਰਹੋ, ਆਪਦਾ ਕੰਟਰੀਬਿਊਸ਼ਨ ਪਾਉਂਦੇ ਰਹੋ, ਅਤੇ ਅਸੀਂ ਆਪਦੇ ਵੱਲੋਂ ਕਰਦੇ ਰਹਾਂਗੇ। ਬਹੁਤ ਬਹੁਤ ਧੰਨਵਾਦ ਅਮਤੋਜ ਜੀ, ਅੱਜ ਤੁਸੀਂ ਟਾਈਮ ਕੱਢਿਆ ਤੁਹਾਡਾ। ਧੰਨਵਾਦ ਦਰਸ਼ਕ, ਇਸ ਮਾਣਮਤੀ ਸ਼ਖਸੀਅਤ ਅਮਿਤੋਜ ਮਾਨ ਜੀ, ਬਹੁਤ ਵਧੀਆ ਐਲੈਬਰੇਸ਼ਨ ਕੀਤਾ, ਵਕਤ ਇਜਾਜ਼ਤ ਨਹੀਂ ਦੇ ਰਿਹਾ, ਆਪਦਾ ਪੂਰਾ ਖਿਆਲ ਰੱਖਣਾ, ਕੱਲ੍ਹ ਨੂੰ ਕਿਸੇ ਹੋਰ ਮੁੱਦੇ 'ਤੇ ਤੁਹਾਡੇ ਨਾਲ ਮਿਲਦੇ ਹਾਂ, ਮੈਨੂੰ ਗੁਰਲਾਲ ਨੂੰ ਦੀ ਇਜਾਜ਼ਤ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।